ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਅਸੀਂ ਫੇਰ ਹਾਜ਼ਰ ਹਾਂ। ਅੱਜ ਦੇ ਇਸ ਮੁੱਦੇ ਨੂੰ ਅਸੀਂ ਡਿਸਕਸ ਕਰਾਂਗੇ ਤੁਹਾਡੇ ਨਾਲ, ਤੁਹਾਡੇ ਦਰਸ਼ਕਾਂ ਦੇ ਫੋਨ ਲਵਾਂਗੇ ਔਰ ਤੁਹਾਡੀ ਸੋਚ ਨੂੰ ਸਾਂਝਾ ਕਰਾਂਗੇ ਬਾਕੀ ਵਿਊਰਸ ਦੇ ਨਾਲ, ਬਾਕੀ ਦਰਸ਼ਕਾਂ ਦੇ ਨਾਲ, ਔਰ ਇਸ ਟੌਪਿਕ ਦੇ ਉੱਤੇ ਅਸੀਂ ਡਿਟੇਲ ਡਿਸਕਸ਼ਨ ਕਰਾਂਗੇ। ਅਸੀਂ ਡੇਲੀ ਇਸ ਪ੍ਰੋਗਰਾਮ ਦੇ ਵਿੱਚ ਜੋ ਡਿਸਕਸ ਕਰਦੇ ਹਾਂ ਉਹ ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ ਹੁੰਦੇ ਨੇ, ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਮਸਲੇ ਹੁੰਦੇ ਨੇ, ਔਰ ਇੱਕ ਜਿਹੜੇ ਹੁੰਦੇ ਨੇ ਪੂਰਾ ਹਿੰਦੁਸਤਾਨ, ਪੂਰੀ ਇੰਡੀਆ ਦੀ ਸਿਆਸਤ ਦੇ ਨਾਲ ਵੀ ਜੁੜੇ ਇਹਨਾਂ ਮਸਲਿਆਂ ਨੂੰ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਕੁਝ ਤਸਵੀਰਾਂ ਤੁਸੀਂ ਟੈਲੀਵਿਜ਼ਨ ਚੈਨਲਾਂ 'ਤੇ ਅੱਜ ਦੇਖੀਆਂ ਹੋਣੀਆਂ ਕਿ 2 ਅਕਤੂਬਰ ਹੈ, ਮਹਾਤਮਾ ਗਾਂਧੀ ਦਾ ਬਰਥਡੇ ਹੈ, ਔਰ ਅਹਿੰਸਾ ਦੇ ਪੁਜਾਰੀ ਸੀਗੇ ਮਹਾਤਮਾ ਗਾਂਧੀ। ਪੂਰਾ ਜੋ ਹਿੰਦੁਸਤਾਨ ਹੈ, ਪੂਰਾ ਇੰਡੀਆ ਇਹਨਾਂ ਨੂੰ ਬੜੀ ਸ਼ਰਧਾ ਨਾਲ ਇਸ ਦਿਨ ਨੂੰ ਮਨਾਉਂਦਾ ਔਰ ਮਹਾਤਮਾ ਗਾਂਧੀ ਨੂੰ ਉਹਨਾਂ ਨੂੰ ਯਾਦ ਕਰਦਾ। ਲੇਕਿਨ ਜੋ ਤਸਵੀਰਾਂ ਤੁਸੀਂ ਦੇਖੀਆਂ ਉਹਨਾਂ ਨੂੰ ਦੇਖ ਕੇ ਥੋੜ੍ਹਾ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ। ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੇ 2 ਅਕਤੂਬਰ ਵਾਲੇ ਦਿਨ, ਉਹਨਾਂ ਦੇ ਜਨਮ ਦਿਨ ਵਾਲੇ ਦਿਨ ਇੰਡੀਆ ਦੇ ਵਿੱਚ ਜੋ ਕੁਛ ਹੋਇਆ, ਅਸੀਂ ਕਹਿ ਸਕਦੇ ਹਾਂ ਦਿੱਲੀ ਔਰ ਉੱਤਰ ਪ੍ਰਦੇਸ਼ ਦੇ ਬਾਰਡਰ 'ਤੇ ਜੋ ਕੁਛ ਹੋਇਆ, ਉਹ ਤਸਵੀਰਾਂ ਬੜੀਆਂ ਹੀ ਅਜੀਬ ਜੀਆਂ ਸੀਗੀਆਂ ਔਰ ਇੱਕ ਸੋਚਣ 'ਤੇ ਮਜਬੂਰ ਕਰਦੀਆਂ ਨੇ ਕਿ ਸਾਡੇ ਜਿਹੜੇ ਕਿਸਾਨ ਭਾਈਚਾਰਾ ਹੈ, ਜਿਹੜਾ ਕਿਸਾਨ ਭਰਾ ਨੇ, ਉਹ ਸਾਡੀਆਂ ਸਰਕਾਰ ਤੋਂ, ਸਾਡੇ ਸੂਬੇ ਦੀਆਂ ਸਰਕਾਰਾਂ ਤੋਂ, ਕੇਂਦਰ ਸਰਕਾਰ ਤੋਂ, ਨਰਿੰਦਰ ਮੋਦੀ ਸਰਕਾਰ ਤੋਂ ਨਾਰਾਜ਼ ਕਿਉਂ ਨੇ? ਅੱਜ ਪੰਜਾਬ ਜੋ ਜਿਹੜਾ ਕਿਸਾਨ ਹੈ ਪੂਰੇ ਹਿੰਦੁਸਤਾਨ ਦਾ, ਅੱਜ ਉਹ ਸੜਕਾਂ 'ਤੇ ਕਿਉਂ ਉਤਰੇ ਹੋਏ ਨੇ? ਆਪਣੇ ਖੇਤਾਂ 'ਚ ਛੱਡ ਕੇ, ਆਪਣੇ ਪਿੰਡਾਂ ਨੂੰ ਛੱਡ ਕੇ ਉਹ ਸ਼ਹਿਰਾਂ ਦੀਆਂ ਜਿਹੜੇ ਸੜਕਾਂ 'ਤੇ ਖਾਕ ਕਿਉਂ ਛਾਂਦੇ ਪਏ ਆ? ਕਿਉਂਕਿ ਅੱਜ ਜਿਹੜਾ ਇੰਡੀਆ ਦਾ ਕਿਸਾਨ ਹੈ, ਜੋ ਪੰਜਾਬ ਦਾ ਵੀ ਕਿਸਾਨ ਕਹਿ ਲਓ ਜਾਂ ਕਿਸੇ ਵੀ ਸੂਬੇ ਦਾ ਕਿਸਾਨ ਕਹਿ ਲਓ, ਉਹ ਸਰਕਾਰਾਂ ਤੋਂ ਨਾਰਾਜ਼ ਨੇ। ਕਿਉਂਕਿ ਇਹਨਾਂ ਕਿਸਾਨਾਂ ਨੂੰ ਸਰਕਾਰਾਂ ਨੇ, ਹਰ ਪਾਰਟੀ ਨੇ, ਹਰ ਸਿਆਸੀ ਪਾਰਟੀ ਨੇ ਉਹਨਾਂ ਨੂੰ ਹਮੇਸ਼ਾ ਇੱਕ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ। ਜਦੋਂ ਚੋਣਾਂ ਹੁੰਦੀਆਂ ਨੇ, ਭਾਵੇਂ ਵਿਧਾਨ ਸਭਾ ਦੀਆਂ ਹੋਣ ਜਾਂ ਲੋਕ ਸਭਾ ਦੀਆਂ ਹੋਣ, ਜਦੋਂ ਵੀ ਇਹਨਾਂ ਚੋਣਾਂ ਦਾ ਨਾਮ ਆਉਂਦਾ, ਸਾਡੇ ਵੱਡੇ ਵੱਡੇ ਸਿਆਸਤਦਾਨ ਇਹਨਾਂ ਕਿਸਾਨਾਂ ਦੇ ਕੋਲ ਜਾਂਦੇ ਨੇ, ਉਦੋਂ ਇਹਨਾਂ ਨੂੰ ਇਹਨਾਂ ਕਿਸਾਨਾਂ ਦੀ ਯਾਦ ਆਉਂਦੀ ਹੈ ਔਰ ਉਦੋਂ ਇਹਨਾਂ ਕੋਲ ਪਹੁੰਚ ਕੇ ਲੰਬੇ ਚੌੜੇ ਵਾਅਦੇ ਕੀਤੇ ਜਾਂਦੇ ਹੈ। ਉਦੋਂ ਇਹ ਕਿਹਾ ਜਾਂਦਾ ਕਿ ਜੇ ਸਾਡੀ ਕੇਂਦਰ 'ਚ ਸਰਕਾਰ ਬਣ ਗਈ ਤਾਂ ਅਸੀਂ ਇਹ ਕਰ ਦਾਂਗੇ, ਜੇ ਸਾਡੀ ਸੂਬੇ 'ਚ ਸਰਕਾਰ ਬਣ ਗਈ ਤਾਂ ਅਸੀਂ ਇਹ ਕਰ ਦਾਂਗੇ। ਫਲਾਣੀ ਸਰਕਾਰ ਨੇ, ਫਲਾਣੀ ਪਾਰਟੀ ਨੇ, ਦੇਖੋ ਤੁਹਾਡਾ ਕੁਝ ਨਹੀਂ ਸੋਚਿਆ, ਤੁਹਾਡੇ ਬਾਰੇ ਕੁਝ ਨਹੀਂ ਕੀਤਾ, ਅਸੀਂ ਕਰਾਂਗੇ। ਇਹਨਾਂ ਦੇ ਲੰਬੇ ਚੌੜੇ ਵਾਅਦੇ ਕਰਦੇ ਨੇ ਇਹ ਜਿਹੜੇ ਸਿਆਸਤਦਾਨ ਹੁੰਦੇ ਨੇ, ਇਹ ਹਮੇਸ਼ਾ ਕਿਸਾਨਾਂ ਨੂੰ ਇੱਕ ਵੋਟ ਬੈਂਕ ਸਮਝਦੇ ਨੇ। ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਖੇਲ ਯਾਦ ਕਰੋ, ਛੋਟੇ ਛੋਟੇ ਬੱਚੇ ਹੁੰਦੇ ਸੀਗੇ, ਜਿਹੜੇ ਛੋਟੀਆਂ ਛੋਟੀਆਂ ਬੱਚੀਆਂ ਹੁੰਦੀਆਂ ਨੇ ਉਹ ਖੇਡਦੀਆਂ, ਘਰ ਘਰ ਖੇਡਦੇ ਆ, ਆਓ ਘਰ ਘਰ ਖੇਡੀਏ। ਪਿੰਡਾਂ ਦੇ ਵਿੱਚ ਪੰਜਾਬ ਦੇ ਇਹ ਬੱਚੇ ਛੋਟੇ ਛੋਟੇ ਗੇਲ ਖੇਡਦੇ ਨੇ, ਘਰ ਘਰ ਬੱਚੇ ਖੇਡਦੇ ਨੇ। ਮੈਂ ਤਾਂ ਇਹ ਕਹਾਂਗਾ ਕਿ ਜਿੰਨੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ ਉਹ ਕਿਸਾਨ ਕਿਸਾਨ ਖੇਡਦੀਆਂ ਕਿ ਆਓ ਜੀ ਕਿਸਾਨ ਕਿਸਾਨ ਖੇਡੀਏ, ਹੁਣ ਇਲੈਕਸ਼ਨ ਆ ਗਏ ਨੇ, ਚਲੋ ਕਿਸਾਨਾਂ ਦੇ ਕੋਲ ਚਲੀਏ, ਆਓ ਹੁਣ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰੀਏ, ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰੀਏ, ਕਿਸਾਨਾਂ ਦੀ ਫਸਲਾਂ ਦੀ ਜਿਹੜੀ ਵਾਜਬ ਕੀਮਤ ਹੈ ਉਹਦੀ ਗੱਲ ਕਰੀਏ, ਉਹਨਾਂ ਨੂੰ ਕਿਸੇ ਤਰ੍ਹਾਂ ਖੁਸ਼ ਕਰਕੇ ਇੱਕ ਆਪਣੇ ਸ਼ੀਸ਼ੇ 'ਚ ਉਤਾਰ ਲਿਆ ਜਾਏ, ਉਹਨਾਂ ਨੂੰ ਆਪਣੇ ਵੱਖ 'ਚ ਕਰ ਲਿਆ ਜਾਏ, ਉਹਨਾਂ ਨੂੰ ਆਪਣੇ ਪੱਖ 'ਚ ਕਰ ਲਿਆ ਜਾਏ ਔਰ ਉਹਨਾਂ ਨੂੰ ਇਹ ਕਨਵਿੰਸ ਕਰ ਦਿੱਤਾ ਜਾਏ ਕਿ ਇਹ ਚੰਗੀ ਪਾਰਟੀ ਹੈ ਔਰ ਸਾਨੂੰ ਉਹ ਚੋਣਾਂ ਦੇ ਵਿੱਚ ਸਾਨੂੰ ਵੋਟਾਂ ਪਾ ਦੇਣ, ਸਾਡੀ ਸਰਕਾਰ ਬਣਾ ਦੇਣ, ਅਸੀਂ ਇੱਕ ਵਾਰੀ ਸੱਤਾ 'ਚ ਆ ਜਾਈਏ। ਲੇਕਿਨ ਅਕਸਰ ਇਹ ਦੇਖਿਆ ਜਾਂਦਾ ਹੈ ਜਦੋਂ ਵੀ ਪਾਰਟੀ ਕੋਈ ਸੱਤਾ 'ਚ ਆ ਜਾਂਦੀ ਹੈ, ਜਦੋਂ ਵੀ ਕੋਈ ਸਰਕਾਰ ਬਣ ਜਾਂਦੀ ਹੈ, ਇਹ ਸਾਰੇ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਭੁੱਲ ਜਾਂਦੀਆਂ ਨੇ। ਤੁਸੀਂ ਟੀਵੀ ਚੈਨਲਾਂ 'ਤੇ ਜੋ ਤਸਵੀਰਾਂ ਦੇਖੀਆਂ ਦਿੱਲੀ ਯੂਪੀ ਬਾਰਡਰ 'ਤੇ ਜੋ ਕੁਝ ਹੋਇਆ, ਉਹਨਾਂ ਦੀ ਤਸਵੀਰਾਂ ਨੂੰ ਇੱਕ ਵਾਰੀ ਤੁਹਾਨੂੰ ਦਿਖਾਉਣਾ ਚਾਹਾਂਗੇ, ਤੁਸੀਂ ਇਹ ਰਿਪੋਰਟ ਦੇਖੋ। ਜਿਹੜੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਸੀ, ਉਹਨਾਂ ਦਾ ਰਾਹ ਰੋਕਣ ਲਈ ਉਹਨਾਂ ਤੇ ਪਾਣੀ ਦੀਆਂ ਬੁਸ਼ਾਰਾਂ ਵਰਾਈਆਂ ਗਈਆਂ। ਜੋ ਕਿਸਾਨ ਸ਼ਾਂਤੀ ਪੂਰਵਕ ਦਿੱਲੀ ਦਾ ਰੁਖ ਕਰ ਰਹੇ ਸੀ, ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ। ਜੋ ਕਿਸਾਨ ਖਾਮੋਸ਼ ਰਹਿ ਕੇ ਅੱਗੇ ਵੱਧ ਰਹੇ ਸੀ, ਉਹਨਾਂ ਤੇ ਲਾਠੀਆਂ ਵਰਾਈਆਂ ਗਈਆਂ। ਜਿੱਥੇ ਸ਼ਾਂਤੀ ਦੀ ਉਮੀਦ ਸੀ, ਉੱਥੇ ਹਿੰਸਾ ਦੀ ਅਜਿਹੀ ਖਬਰ ਸਾਹਮਣੇ ਆਈ ਜੋ ਬੇਹੱਦ ਹੈਰਾਨ ਕਰਨ ਵਾਲੀ ਹੈ। ਦਿੱਲੀ ਨੇੜਲਾ ਇਹ ਇਲਾਕਾ ਹੈ ਗਾਜੀਪੁਰ ਬਾਰਡਰ, ਜਿੱਥੇ ਕਿਸਾਨਾਂ ਦਾ ਪ੍ਰਦਰਸ਼ਨ ਅਖਾੜੇ 'ਚ ਤਬਦੀਲ ਹੋ ਗਿਆ। ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਸੁਰੱਖਿਆ ਬਲਾਂ ਨੇ ਜਿਸ ਤਰ੍ਹਾਂ ਕਿਸਾਨਾਂ 'ਤੇ ਪ੍ਰਹਾਰ ਕੀਤਾ, ਉਸ ਤਸ਼ੱਦਦ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਟਰੈਕਟਰ 'ਤੇ ਸਵਾਰ ਕਿਸਾਨ ਅੱਗੇ ਵਧਣਾ ਚਾਹੁੰਦੇ ਸੀ, ਪਰ ਬੈਰੀਗੇਡ ਦੇ ਕੋਲ ਉਹਨਾਂ ਦਾ ਟਰੈਕਟਰ ਫਸ ਗਿਆ। ਤਦ ਹੀ ਪੁਲਿਸ ਨੇ ਉਹਨਾਂ ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਸ਼ਾਰਾਂ ਵਰਾਉਣੀਆਂ
शुरू कर दित्तियां। अंदोलन ते किसान डटे रहे पर पुलिस वाले भी पिछे नहीं हटे। पुलिस ने चारे पासियां तो वाटर कैनन की वरतों करनी शुरू कर दी, जिस तो बाद किसान च हफरा तफरी मच गई। कुछ पल के अंदर ही राजधानी तो अजिही तस्वीर सामने आ गई जो बेहद हैरान करने वाली सी। पुलिस वालों अथरू गैस के गोले दाग गए, चारे पासे धुआं भर गया। दिल्ली वाल कूच करन दे इरादे नाल अंदोलन च डटे किसानां दा गुस्सा भी भर गया। उन्हां ने भी पुलिस खिलाफ मोर्चा संभाल लिया। किसानां ने पानी दीआं बुशारां ते अथरू गैस दे गोलियां दा जवाब पत्थरां नाल देना शुरू कर दिता। इस हिंसा च कईआं दे सट्टां वज्जियां, किसे दे हाथ ते सट्ट वज्जी तां कई अपणियां जानां बचाउण लई इधर उधर भजदे नजर भी आए। न्यूज़ डेस्क रिपोर्ट, चास टीवी। गैस सर्विसिंग तक कर रहे हैं जी, उन फसल जो डिगी हुई है आज कुछ करता है कि वार्ड के कोई सेहत नहीं हो रही। सेहत कैसे हुए था, सब तो डिगी हुई है, गिली है जी। उन 10 दिन मॉइस्चर लेवल बड़ा हाई है जी, 10 दिन हो लग जाएंगे उन सब कुछ। पर असी ऑलरेडी FCI नाल टेक अप कर रहे हैं कि दे हैव टू हैव सम लीनियंसी एट की उन्होंने शो कर सवा 3 लाख हम दे चुके हैं, पर 600 650 दिन के अंदर। सो इट टेक्स टाइम फॉर एवरीथिंग, है ओवरनाइट तो हो नहीं सकता। हम टेलीफोन की मांग बची इंडस्ट्री न्यू पर टेलीफोन अभी दे रहे हैं, हम असी आई थिंक बाय द एंड ऑफ द ईयर टेलीफोन देने लग जाएंगे। फिर थोड़ी इंडस्ट्री लगा सकते, नौकरियां लग सकन, ओवर 400 यूनिट पूरे पंजाब तो रेवेन्यू भी इंक्रीज होएगी स्टेट की, नाल दे नाल जोड़ दे नौकरियां। एवरीथिंग टेक्स टाइम, उन्होंने को 10 साल से उसके पास। मुख्यमंत्री ने कहा कि किसी भी तरह दियां गतिविधियां होण पर पंजाब च अमन कानून दे माहौल नु खराब नहीं होण दिता जाएगा, ते जेकर कोई गड़बड़ करन दी कोशिश करेगा तो उस लई पुलिस कोल पुख्ता प्रबंध ने। मोहाली तो अमर सिंह दे नाल न्यूज़ डेस्क रिपोर्ट, जस टीवी। ते तुसीं इह तस्वीरां देखियां जो तुसीं पहलां देखियां, किसानां दे उपर जिहड़े लाठीचार्ज हो रहा सी, आंसू गैस दे अथरू गैस दे जिहड़े सी गोले छड्डे जा रहे सी, उहनां उत्ते लाठीचार्ज कीता गया 2 अक्तूबर वाले दिन। उह तस्वीरां तुसीं देखियां दिल्ली ते उत्तर प्रदेश बॉर्डर दियां, और उस तों बाद कैप्टन अमरिंदर सिंह जिहड़े उह गल कर रहे सी कि किसानां बारे, और किसानां दी जिहड़ी झोने दी फसल है हुण मंडियां च आनी शुरू हो गई है, 1 तरीक कल तों शुरू हो गई उहदी सरकारी खरीद करनी, और उह कह रहे सी कि जिद्दां बारिश दे नाल थोड़ी जिही खराब होई है ते असीं सरकार जिहड़े किसानां नूं थोड़ी बहुत रिलीफ देवांगे। सवाल है उठता, तुसीं इन्हां तस्वीरां नूं देखो गौर दे नाल, तुसीं असीं इह गल कर रहे सी कि जिहड़े अन्नदाता जिहनूं कहा जांदा किसान नूं, जिहड़ा लोकां दे लई जमीन तों एक तरह दा रोटी उगांदा है, उहनां नूं खाण दी चीज़ां उहनां वास्ते उगांदा है, जो असीं खाने आ उह किसान उगा के दिंदा है, उहीओ किसान अज सड़कां उत्ते उतरन नूं मजबूर है, उहीओ किसान दे उत्ते अज लाठीचार्ज हो रहा, अथरू गैस दे गोले छड्डे जा रहे ने, और इहीओ किसान जिहड़े असीं पंजाब वल झात मारीए, पंजाब वल जरा देखिए जाके ते किन्ने सारे किसान ने जिहड़े उह सुसाइड कर रहे ने। सवाल यह उठता है कि किसान क्या सिर्फ एक वोट बैंक ने, किसान क्या सिर्फ एक पोलीटिकल पार्टिया जोड़ा एक उन्होंने झूठे वादे करने वास्ते ने, जोड़े किसान जो उन्होंने क्यों भुल जाए सरकार, जो सरकार जो सत्ता च आ जाए ने पावर च आ जाए ने, फिर जो लंबे चौड़े चीज़ा उन्होंने वादे किए जाते उन्होंने पूरा क्यों नहीं किया जाता। अगर हूँ असी पंजाब की ही गल करिए, पंजाब के भी तो किसानों के कर्ज माफ़ी की गल की गई सी, बाद खाली सरकारी खजाने की दुहाई दे के कैप्टन सरकार हूँ किश्तों के चंगा है कि थोड़ा थोड़ा करना शुरू कर दिता है, लेकिन टारगेट बहुत वड्डा है, और हाले उन्होंने कोल जिहड़ा खजाने च पैसा वो थोड़ा घट है, और जिहड़ी किश्तां दे विच कर रहे उस हिसाब दे नाल ते पता नहीं कदों जाके खत्म होएगा। किसानों के पहला यह कहा गया कि जो तुसी आढ़तियां तो कर्जा लिया, उन्होंने सरकारी बैंकों तो कर्जे ले ने, उन्होंने प्राइवेट बैंकों तो कर्जे ले ने, यह जिहड़ा पंजाब का किसान है यह कर्जे के जाल चो कदों बाहर आएगा, हाले तक कोई दूर दूर तक दिखाई नहीं देता, क्योंकि सियासी पार्टियां के एजेंडे दे विच यह मसला हुंदा है, लेकिन सिर्फ चोणां तक हुंदा है, सिर्फ चोणां दे विच ही लोग किसानों बरगलाण वास्ते, किसानों बहकाण वास्ते, किसानों अपने हक च करन वास्ते सियासी पार्टियां जिहड़ियां हुंदियां किसानों के नाल लंबे चौड़े वादे करदियां ने, और उहीओ किसान का देखो सड़कों के उत्ते की हाल हो रहा है। उही मैं जिस तरह पहला जिक्र किया कि अपने खेत छड़ के अपने पिंड छड़ के वो सड़कों उत्ते लाठीचार्ज उन्होंने उत्ते हो रहा है।
किसान जिहड़ा है सड़कां उत्ते उतरन नूं क्यों मजबूर है। अज्ज अगर नाराज़ ने किसी भी सूबे की सरकार तो उन्ना ही नाराज़ ने केंद्र सरकार तो भी। जिहड़े किसान ने उन्होंने यह कहा कि नरेंद्र मोदी की सरकार ने बीजेपी की बीजेपी ने लोकसभा चोणां के दौरान जो जो बड़े बड़े वादे किए थे वो कोई पूरा नहीं होया। स्वामीनाथन आयोग की जिहड़ी कमीशन की रिपोर्ट है उन्होंने अज तक लागू नहीं किया गया। किसान मंगते की ने, किसान है कहते हैं कि साढ़े फसल की जिहड़ी असी मेहनत करके खून पसीना बहा के असी फसल तैयार करते हैं उनकी सानू वाजिब कीमत दी जाए, उहदा सानू एक मुनाफा दिता जाए जिहदा साडा वी घर चले। जे उह लोकां दा पेट पालदे ने, लोकां नू लोकां दे लई रोटी उगांदे ने, खेतां विच मेहनत करके अन्न उगांदे ने, तो उह कहिंदे साडा वी ते घर चले। उस तो बाद इस चक्कर दे विच इन्ने बर्बाद हो जाते हैं बैंकों के कर्जे हेठ, क्योंकि ना तो उन्होंने पेस्टीसाइड टाइम नाल मिलता, ना बीज मिलते, और उस तो बाद जो फसल तैयार हो जाती है मंडियां दे विच जाके किदां उन्हां दी फसल रुलदी है। तुसीं इह देखो साडा जिहड़ा सरकारी सिस्टम है वह हर स्टैप ते किसानां नू धोखा दिंदा। जे फसल शुरू करनी है बीज पाउणा है ते पेस्ट बीज नहीं मिलते। पेस्टीसाइड दे विच तुसीं देखिया पंजाब दे विच कितना वड्डा कपला होया कि नकली दवाइयां दे नाल फसलां बर्बाद हो गईयां। उस तो बाद जे फसल किसी तरह बच भी गई, मौसमी जिहड़े हुंदे ने मौसम दी मार है वह बर्बाद कर देगी। कभी ओले पै जाणगे, कभी दूजे बारिश हो जाएगी। उस तो बाद अगर फसल बच भी गई उहनूं मंडी 'च लैके जांदे तो उत्थे तुसीं देखिया होणा मंडियां दे विच कोई इंतजाम नहीं हुंदा, उत्थे पईयां बोरियां दी बोरियां बारिश विच भिज जांदियां ने। जे सरकारी खरीद कर भी लई FCI ने, मार्कफेड ने, होर किसी सरकारी महकमे ने बोरियां खरीद भी लिया किसान तो, उस तो बाद जो उन्होंने वेयर हाउस रख्या जाता है, गोदामा रख्या जाता है, तुम उत्थे भी देखा उत्थे किदां बेकदरी होंदी है। एक पासे असीं कहने आटा ते चौल महंगे होंदे जा रहे हैं और दूजा तुसीं देखो झोने की कणक की फसल इन्हां गोदामा दे विच हर स्टैप ते किदां खराब होंदी है। जे तुसीं कहो भी जे 100 किलो अनाज पैदा होया तो 100 दे विचों 70 किलो तो इस तरह ही खराब हो जाता होएगा। कई बार यह भी होया करप्शन के चलते आ कि जिहड़े FCI के जिहड़े होर सरकारी महकमे होंदे ने उन्हां दे जिहड़े अफसर होंदे ने जानबुझ के उस फसलों को खराब करते हैं, उस जिहड़े बोरियां दे उत्ते पानी पा पा के उन्हें जान के खराब किया जाता है कि बाद विच किसी डिस्टलरी नूं सस्ते दाम से वेच दिता जाए, क्योंकि वह कणक ते जिहड़ी झोने की जिहड़ी फसल होंदी जो चौल पए होंदे ने वह खाण दे लायक भी नहीं रहिंदे, दे आर नॉट फिट फॉर ह्यूमन कंजम्पशन। यह सारिया चीज़ा जिहड़ियां होंदियां ने किसानां नूं स्टैप बाय स्टैप खराब कर दी। तुसीं इह तस्वीरां तो अंदाजा लगाओ कि जिहड़े किसान ने अज उह किन्ने नाराज़ ने। किसान जिहड़े ने उह सरकार नूं इह कहिंदे ने कि सानूं वाजिब कीमत दो, किसान इह कहिंदे ने कि साडा जिहड़ा कर्जा उहदा निपटारे दा कोई इंतजाम करो, जो साडे नाल वादे कीते है, जो सानूं कह के तुसीं सरकारां बनाईआं केंद्र 'च बनाईआं सूबिआं 'च बनाईआं घट तो घट उह वादे ते पूरे करो। किसानों के इसी मसले पर किसानों की जिहड़ी इह समस्यावां ने उन्हां दी जिहड़ी शिकायतां ने इस बारे असीं गल करांगे एक छोटे जे ब्रेक तो बाद। ब्रेक तो बाद तुहाडा स्वागत है जी। अज असीं गल कर रहे हैं पंजाब के किसानों की, हिंदुस्तान के सारे किसानों की जिहड़ी तस्वीरां तुसीं देखियां उन्होंने दिल्ली और उत्तर प्रदेश के बॉर्डर से किस तरह उन्होंने उत्ते लाठीचार्ज होया, थ्रू गैस के गोले छड़े गए, और इस बारे साढ़े कई दर्शक सानू फोन कर रहे हैं और अपनी जिहड़ी सोच ने अपने जिहड़े विचार ने सांझे करना चाहते हैं। हैलो हैलो शर्मा जी, सत श्री अकाल। सत श्री अकाल जी, की हाल है जी? ਬਹੁਤ ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ। ਮੈਂ ਗੁਰਦੇਵ ਸਿੰਘ ਭੋਗਲ ਬੋਲ ਰਿਹਾ ਯੂਕੇ ਤੋਂ। ਭੋਗਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਹੋ? ਬਿਲਕੁਲ ਬਿਲਕੁਲ ਠੀਕ ਆ, ਸੁਣ ਰਿਹਾ ਤੁਹਾਡੇ ਪ੍ਰੋਗਰਾਮ ਗੌਰ ਦੇ ਨਾਲ। ਜੀ ਜੀ, ਆ ਜਿਹੜਾ ਜੋ ਕੁਝ ਹੋ ਰਿਹਾ ਭਾਰਤ ਦੇ ਵਿੱਚ, ਜਿਹਨੂੰ ਮਹਾਭਾਰਤ ਕਹਿੰਦੇ ਨੇ, ਹਾਂਜੀ ਸ਼ਰਮਾ ਜੀ, ਵੀ ਕਿਸੇ ਪੱਖੋਂ ਮਹਾਭਾਰਤ ਕਹਿ ਸਕਦੇ ਹਾਂ ਆਪਾਂ, ਕਿਸੇ ਪੱਖੋਂ ਵੀ? ਜੀ ਜੀ ਹੈ ਨਾ ਜੀ। ਤੇ ਜਦੋਂ ਦੇਖੋ 4 ਸਾਲ ਹੋ ਗਿਆ ਮੋਦੀ ਹੁਣਾਂ ਨੂੰ ਆਇਆ ਨੂੰ, ਦੇਖੋ ਕੀ ਬਣ ਗਿਆ ਮੁਲਕ ਦਾ, ਕੀ ਤੇ ਕੀ ਬਣ ਗਿਆ। ਤੇ ਮੈਂ ਸਿਰਫ ਆਪਣੇ ਸ਼ਰਮਾ ਜੀ ਤੁਹਾਡੇ 2 ਮਿੰਟ ਲੈਣੇ ਨੇ, ਜਿਹੜੀਆਂ ਗੱਲਾਂ ਕਰਨੀਆਂ ਮੈਂ ਗੱਲਾਂ ਨਹੀਂ ਕਰਨੀਆਂ, ਮੈਂ ਨਜ਼ਮ ਵਿੱਚ ਉਹ ਪੇਸ਼ ਕਰ ਦੇਣੀ ਗੱਲ ਸਾਰੀ। ਸਵਾਲ ਇਹ ਉੱਠਦਾ ਜੀ, ਜਿਹੜੇ ਕਿਸਾਨ ਨੇ ਅੰਨਦਾਤਾ ਜਿਹਨੂੰ ਕਹਿੰਦੇ ਆ, ਉਹ ਸੜਕਾਂ 'ਤੇ ਕਿਉਂ ਉਤਰਿਆ ਹੋਇਆ? ਤੁਸੀਂ ਪਹਿਲਾਂ ਇਸ ਬਾਰੇ ਗੱਲ ਕਰੋ। ਕਿਉਂਕਿ ਉਹਨਾਂ ਦੀ ਦੇਖੋ ਪੋਲਿਸੀ ਇੱਦਾਂ ਦੀ ਹੈ ਨਾ, ਉਹਨਾਂ ਦੀ ਪੋਲਿਸੀਆਂ ਜਿਹੜੀਆਂ ਨੇ, ਦੇਖੋ ਸ਼ਰਮਾ ਜੀ, ਜਿਹੜੇ ਰਾਜੇ ਹੁੰਦੇ ਨੇ ਉਹਦਾ ਪਰਜਾ ਦੇ ਮਾਈ ਬਾਪ ਹੁੰਦੇ ਨੇ ਜੀ, ਮਾਈ ਬਾਪ ਹੁੰਦੇ ਨੇ, ਉੱਥੇ ਕੋਈ ਮਾਈ ਬਾਪ ਦਾ ਰੋਲ ਨਿਭਾ ਰਿਹਾ ਤੁਹਾਡੇ ਹਿਸਾਬ ਨਾਲ, ਚਾਹੇ ਕੋਈ ਸੂਬਾ ਸਰਕਾਰ ਆ ਤੇ ਚਾਹੇ ਉਹ ਸੈਂਟਰ ਸਰਕਾਰ ਆ। ਜੇ ਉਹ ਸੱਚਮੁੱਚ ਆਪਣੀ ਜਿਹੜੀ ਭੂਮਿਕਾ ਰਾਜਾ ਹੋਣ ਦੀ ਭੂਮਿਕਾ ਸਹੀ ਢੰਗ ਨਾਲ ਨਿਭਾਉਂਦੇ ਹੋਣ, ਤਾਂ ਸ਼ਰਮਾ ਜੀ ਮੁਲਕ ਦਾ ਆਹ ਹਾਲ ਕਿਉਂ ਹੋਵੇ ਜਿਹੜੇ ਤੁਸੀਂ ਹੁਣ ਦਿਖਾ ਰਹੇ ਨੇ, ਜਿਹੜੇ ਅਸੀਂ ਕੱਲ੍ਹ ਤੋਂ ਦੇਖ ਰਹੇ ਹਾਂ? ਜੀ ਜੀ, ਇਹੋ ਗੱਲ ਹੈ ਨਾ ਜੀ। ਤੇ ਲਓ, ਮੈਂ ਤੇ ਆਪਣੇ ਵਿੱਚ ਆਪਣਾ ਪੱਖ ਰੱਖਣਾ ਚਾਹੁੰਦਾ ਜੀ, ਤੇ ਉਹ ਇਸ ਤਰ੍ਹਾਂ ਆ ਸ਼ਰਮਾ ਜੀ, ਵੀ ਰਾਸ਼ਟਰੀ ਸੰਘ ਨੇ ਸਿਰ ਤੇ ਹੱਥ ਰੱਖਿਆ, ਮਹਾ ਮਸੀਹਾ ਬਣ ਕੇ ਆਇਆ ਮੋਦੀ, ਲਾ ਨਾਰੇ ਨਿਤ ਮੋਦੀ ਮੋਦੀ ਦੇ ਮੀਡੀਆ
ਸਿੰਘ ਨੇ ਚਮਕਾਇਆ ਮੋਦੀ। ਸਵੱਛ ਭਾਰਤ ਦਾ ਉਸ ਨਾਰਾ ਲਾ ਕੇ ਮੂਰਖ ਲੋਕਾਂ ਤਾਈਂ ਬਣਾਇਆ ਮੋਦੀ, ਕੇਜਰੀਵਾਲ ਤੋਂ ਸਿੱਖਿਆ ਲੈ ਕੇ ਝਾੜੂ ਲੋਕਾਂ ਹੱਥ ਫੜਾਇਆ ਮੋਦੀ। ਯਾਰੋ ਝਾੜੂ ਲੋਕਾਂ ਹੱਥ ਫੜਾਇਆ ਮੋਦੀ, ਆਪ ਵੀ ਕਈ ਵਾਰੀ ਝਾੜੂ ਮਾਰਦਾ ਦਿਸ ਪੈਂਦਾ ਆ। ਬਈ ਭਾਰਤ ਇੱਕ ਤੇ ਇੱਕੋ ਰਾਸ਼ਟਰ ਦੀ ਲਾ ਗੁਹਾਰ, ਭਾਰਤ ਇੱਕ ਤੇ ਇੱਕੋ ਰਾਸ਼ਟਰ ਦੀ ਲਾ ਗੁਹਾਰ, ਹਿੰਦੂ ਤਵੀਆਂ ਨੂੰ ਭੜਕਾਇਆ ਮੋਦੀ, ਦੇਸ਼ ਦੇ ਭਿੰਨ ਭਿੰਨ ਧਰਮਾਂ ਧੜਿਆਂ ਨੂੰ ਆਪਸ ਵਿੱਚ ਲੜਾਇਆ ਮੋਦੀ। ਸਾਰੇ ਭਾਰਤ ਦਾ ਧਰਮ ਗ੍ਰੰਥ ਹੈ ਗੀਤਾ, ਐਸਾ ਮੰਦਾ ਗੀਤ ਅਲਾਇਆ ਮੋਦੀ, ਜਬਰੀ ਧਰਮ ਪਰਿਵਰਤਨ ਕਰਕੇ ਨਵਾਂ ਪੰਗਾ ਫਿਰ ਪਾਇਆ ਮੋਦੀ। ਯਾਰੋ ਨਵਾਂ ਪੰਗਾ ਫਿਰ ਪਾਇਆ ਮੋਦੀ। ਇਹ ਖਾਲੀ ਇਸ ਖਾਲੀ ਜਿਹੜੇ ਫਾਰਮਰ ਨੇ ਨਾ, ਜਿਹੜੇ ਜਿਹੜੇ ਕਿਸਾਨ ਨੇ, ਇਹ ਉਹਨਾਂ ਨੂੰ ਨੇ, ਬਾਕੀ ਭਾਈਚਾਰੇ ਨਾ ਉਹਨਾਂ ਨਾਲ ਵੀ ਇਹੋ ਕੁਛ ਹੋਇਆ। ਐਵੇਂ ਸ਼ਰਮਾ ਜੀ, ਐਵੇਂ 19-21 ਦਾ ਫਰਕ ਵਾ। ਤੇ ਅਸੀਂ ਸਿਰਫ ਕਿਸਾਨਾਂ ਦੀ ਗੱਲ ਕਰੀਏ ਪੁਗਲ ਜੀ, ਤੁਸੀਂ ਇਹ ਦੱਸੋ ਕਿਸਾਨਾਂ ਨੂੰ ਕਿਆ ਸਿਰਫ ਇੱਕ ਵੋਟ ਬੈਂਕ ਕਿਉਂ ਸਮਝਿਆ ਜਾਂਦਾ? ਸਮਝਿਆ ਜਾਂਦਾ ਨਾ, ਕਿਉਂਕਿ ਆਪਣਾ ਆਪਣਾ ਰੋਲ ਨਹੀਂ ਨਿਭਾ ਰਿਹਾ ਨਾ, ਕਿਉਂਕਿ ਉਹ ਸਹੀ ਰਾਜੇ ਨਹੀਂ ਹਨ। ਕਿਸਾਨਾਂ ਤੋਂ ਸਿਰਫ ਵੋਟ ਚਾਹੀਦੇ ਬਸ, ਤੇ ਬਾਕੀ ਦੇ ਨੂੰ ਵੀ ਦੇਖੋ ਘੱਟ ਗਿਣਤੀਆਂ ਵਾਲੇ ਆ। ਹੁਣ ਦੇਖੋ ਕਈ ਵਾਰੀ ਜਿਹੜੇ ਘੱਟ ਗਿਣਤੀਆਂ ਵਾਲੇ ਆ, ਜਦੋਂ ਉਹਨਾਂ ਦੀ ਵੋਟ ਚਾਹੀਦੀ ਹੁੰਦੀ ਤੇ ਉਹਨਾਂ ਦੇ ਨਾਲ ਜਾ ਕੇ ਜੱਫੀਆਂ ਪਾ ਲੈਂਦੇ, ਉਹਨਾਂ ਨੂੰ ਚਾਹ ਤੇ ਸੱਦ ਲੈਂਦੇ ਆ, ਉਹਨਾਂ ਨਾਲ ਪਾਰਟੀ ਕਰ ਲੈਂਦੇ ਆ, ਕਿਉਂਕਿ ਅੰਦਰ ਅੰਦਰ ਇਮਾਨਦਾਰੀ ਹੈ ਨੀ ਨਾ ਜੀ ਮੋਦੀ ਆਪਣੇ ਸ਼ਰਮਾ ਜੀ। ਗਲਤ ਸਾਰੀ ਇਮਾਨਦਾਰੀ ਦੀ ਆ। ਜਿਹੜਾ ਬੰਦਾ ਇਮਾਨਦਾਰ ਹੋਵੇ, ਉਹਨੂੰ ਹੋਰ ਕੁਝ ਨਾ ਕਰਨ ਦੀ ਲੋੜ ਤੇ ਨਾ ਬਣਨ ਦੀ ਲੋੜ ਵਾ। ਇਮਾਨਦਾਰ ਤੋਂ ਭਾਵ ਤਾਂ ਇਹ ਹੁੰਦਾ ਵੀ ਧਰਮੀ ਬੰਦਾ। ਹੁਣ ਜਿਹੜਾ ਧਰਮੀ ਬੰਦਾ ਹੁੰਦਾ ਆ ਤੇ ਉਹਦੇ ਵਿੱਚ ਇਮਾਨਦਾਰੀ ਕੁਦਰਤੀ ਹੁੰਦੀ ਆ, ਉਹਦੇ ਵਿੱਚ ਇਖਲਾਕ ਹੁੰਦਾ, ਉਹਦੇ ਵਿੱਚ ਇਨਸਾਨੀਅਤ ਹੁੰਦੀ ਆ, ਉਹਦੇ ਵਿੱਚ ਸਹਿਣਸ਼ੀਲਤਾ ਹੁੰਦੀ ਆ। ਸ਼ਰਮਾ ਜੀ ਤੁਹਾਨੂੰ ਪਤਾ ਹੀ ਆ ਨਾ, ਹੁਣ ਇਹਨਾਂ ਲੋਕਾਂ ਵਿੱਚ ਇਹ ਗੁਣ ਨਹੀਂ ਹਨ, ਇਹਨਾਂ ਰਾਜਿਆਂ ਵਿੱਚ ਇਹ ਗੁਣ, ਭਾਰਤ ਦੇ ਰਾਜਿਆਂ ਵਿੱਚ ਇਹ ਗੁਣ ਨਹੀਂ ਨੇ, ਗੁਣ ਨਹੀਂ ਹਨ, ਤਾਂ ਇਹ ਸਾਰਾ ਕੁਛ ਹੋ ਰਿਹਾ। ਮੈਂ ਤੇ ਅੱਜ ਪਤਾ ਨੀ ਗੱਲ ਕਹੀ ਹੈ, ਕੱਲ ਵੀ ਇਹ ਕਹੀ ਸੀ, ਮੈਂ ਅੱਜ ਫਿਰ ਤੁਹਾਡੇ ਦੁਹਰਾ ਦਿੰਦਾ ਇੱਕ ਟੈਲੀ ਤੇ, ਮੈਂ ਆਪਣਾ ਪੱਖ ਰੱਖ ਰਿਹਾ। ਇਹ ਸੋਚਣਾ ਜਿਹੜੇ ਘਰ ਬੈਠੇ ਮੇਰੇ ਵੀਰ ਨੇ, ਇਹ ਉਹਨਾਂ ਦੀ ਆਪਣੀ ਸੋਚਣੀ ਆ। ਦੇਖੋ 71 ਸਾਲ ਹੋ ਗਿਆ 71 ਆਜ਼ਾਦੀ ਮਿਲੀ ਨੂੰ ਜੀ। ਇਹ ਲੋਕ ਗੋਰੇ ਲੋਕ ਇੱਥੋਂ ਗਏ ਸੀਗੇ ਇੰਡੀਆ ਦੇ ਵਿੱਚ, ਅਜੇ ਵੀ ਉਹਨਾਂ ਦੇ ਟੀ ਪਲਾਂਟੇਸ਼ਨ ਉਹਨਾਂ ਦੇ ਹੈਗੇ ਨੇ। ਇਹ ਗਏ ਸੀ ਆਪਣੇ ਮੁਲਕ ਦੀ ਗਰੀਬੀ ਦੂਰ ਕਰਨ ਵਾਸਤੇ, ਗੁਰਬਤ ਦੂਰ ਕਰਨ ਵਾਸਤੇ, ਉੱਥੇ ਵਪਾਰੀ ਬਣ ਕੇ ਗਏ ਸਨ। ਪਰ ਵਪਾਰੀ ਬਣ ਕੇ ਗਏ, ਪਰ 200 ਸਾਲ ਰਾਜ ਕਰ ਆਏ ਭਾਰਤੀ ਲੋਕਾਂ ਤੇ। ਕਿਉਂ? ਕਿਉਂਕਿ ਉਹ ਕਰਮ ਕਾਂਡਾਂ ਵਿੱਚ ਵੰਡੇ ਹੋਏ ਸਨ, ਦੇ ਵਿੱਚ ਗਰੁੱਚ ਸਨ, ਜਾਤ ਪਾਤ ਦੇ ਹਾਮੀ ਸਨ, ਊਚ ਨੀਚ ਆਪਣੇ ਇਲਾਕਾ ਹੀ ਉਹਨਾਂ ਦੇ ਝਗੜੇ ਆਪਸ ਵਿੱਚ। ਤੇ ਇਹਨਾਂ ਲੋਕਾਂ ਨੇ ਸੋਚਿਆ ਬਈ ਇਹ ਬੜੇ ਮੂਰਖ ਲੋਕ ਨੇ। ਇਹ ਤਾਂ ਮੈਂ ਇਹ ਤਾਂ ਇਹ ਪੱਖ ਰੱਖਣ ਲੱਗਾ ਵੀ ਅੰਗਰੇਜ਼ 1947 ਦੇ ਵਿੱਚ ਇਹ ਆਜ਼ਾਦੀ ਦੇ ਕੇ ਆ ਗਏ ਨੇ, ਹੁਣ 71 ਸਾਲ ਹੋ ਗਏ ਨੇ। ਮੈਂ ਇਹ ਕਹਿਣਾ ਵੀ ਜੇ ਅੰਗਰੇਜ਼ ਚਾਹੁੰਦੇ, ਸ਼ਰਮਾ ਜੀ ਮੇਰਾ ਪੱਖ ਵਾ, ਜ਼ਰੂਰੀ ਨਹੀਂ ਮੇਰੇ ਨਾਲ ਕਿਸੇ ਨੇ ਸਹਿਮਤ ਹੋਣਾ, ਮੇਰਾ ਪੱਖ ਇਹ ਆ, ਮੈਂ ਇਹ ਹਮੇਸ਼ਾ ਸੋਚਦਾ ਆ ਔਰ ਕਹਿਣਾ ਵੀ ਆ ਹੁਣ ਮੈਂ ਤੁਹਾਡੇ ਪ੍ਰੋਗਰਾਮ 'ਚ ਵੀ ਜੇਕਰ ਅੰਗਰੇਜ਼ ਚਾਹੁੰਦੇ ਤੇ ਭਾਰਤ ਵਿੱਚ ਅਜੇ 100 ਸਾਲ ਰਾਜ ਕਰ ਸਕਦੇ ਸਨ, 100 ਸਾਲ, ਕਿਉਂਕਿ ਹੁਣ 71 ਸਾਲ ਤੇ ਹੋ ਗਏ ਨੇ ਤੇ ਬਾਕੀ 29 ਸਾਲ ਰਹਿ ਗਏ ਨੇ 100 ਸਾਲ ਨੂੰ, ਤੇ ਅਜੇ ਵੀ ਅਸੀਂ ਉਸੇ ਤਰ੍ਹਾਂ ਜਾਤਾਂ ਪਾਤਾਂ 'ਚ ਵੰਡੇ ਹਾਂ, ਊਚ ਨੀਚ ਵਿੱਚ ਵੰਡੇ ਹੋਏ ਹਾਂ, ਕਰਮ ਕਾਂਡਿਆਂ ਦੇ ਹਾਮੀ ਹੋਏ ਪਏ ਹਾਂ, ਕੀ ਨਹੀਂ ਉੱਥੇ ਹੋ ਰਿਹਾ। ਤੇ ਤੁਸੀਂ ਇਹਨੂੰ ਮੰਦਭਾਗਾ ਕਹਿੰਦੇ ਪੁਗਲ ਜੀ, ਥੋੜਾ ਬਰੀਫ ਕਰਨਾ ਕਿਉਂਕਿ ਹੋਰ ਬੜੇ ਸਾਰੇ ਕਾਲਸ ਆ ਰਹੇ ਨੇ ਜੀ। ਨਹੀਂ ਬਿਲਕੁਲ ਮੰਦਭਾਗਾ ਹੀ ਆ ਨਾ, ਮੈਂ ਤੇ ਕਹਿ ਰਿਹਾ ਮੰਦਭਾਗਾ, ਇਮਾਨਦਾਰੀ ਤੇ ਚੱਲਣ, ਫਿਰ ਤੇ ਰੌਲਾ ਹੀ ਕੋਈ ਨਹੀਂ, ਇਮਾਨਦਾਰੀ ਉਹਨਾਂ ਦੇ ਅੰਦਰ ਹੈ ਨਹੀਂ। ਠੀਕ ਹੈ, ਇਸ ਕਰਕੇ ਸਿਰਫ ਇਹਨਾਂ ਨੂੰ ਚੋਣਾਂ ਕੁਰਸੀ ਵਾਸਤੇ ਇਹ ਲੜ ਰਹੇ ਨੇ, ਹੋਰ ਗੱਲ ਕੋਈ ਨਹੀਂ, ਕੌਮ ਲਈ ਨਹੀਂ ਇਹ ਲੜਦੇ। ਠੀਕ ਹੈ ਪੁਗਲ ਜੀ, ਇਹ ਕੌਮ ਲਈ ਨਹੀਂ ਲੜਦੇ, ਇਹ ਕੁਰਸੀ ਲਈ ਲੜਦੇ ਨੇ। ਠੀਕ ਹੈ ਪੁਗਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ, ਬਹੁਤ ਅੱਛੇ ਵੈਲਿਊਬਲ ਇਨਪੁੱਟ ਤੁਸੀਂ ਦਿੱਤੇ, ਬਹੁਤ ਚੰਗੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਸਿਆਸਤਦਾਨ ਹੁੰਦੇ ਨੇ ਉਹ ਸਿਰਫ ਵੋਟ ਬੈਂਕ ਦੀ ਤਰ੍ਹਾਂ, ਜਿਸ ਤਰ੍ਹਾਂ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕਰਦੇ ਨੇ, ਜਿੱਦਾਂ ਅਸੀਂ ਕਹਿੰਦੇ ਕਿ ਨੌਜਵਾਨ ਵੀ ਇੱਕ ਵੋਟ ਬੈਂਕ ਨੇ, ਉਹਨਾਂ ਨੂੰ ਵਾਅਦਾ ਕਰ ਦਿੱਤਾ ਕਿ ਤੁਹਾਨੂੰ ਇਹ ਕਰ ਦਾਂਗੇ, ਤੁਹਾਡੇ ਲਈ, ਉਹਨਾਂ ਨੂੰ ਅੱਜ ਰੋਜ਼ਗਾਰ ਚਾਹੀਦਾ, ਉਹਨਾਂ ਨੂੰ ਨੌਕਰੀ ਚਾਹੀਦੀ ਹੈ, ਲੇਕਿਨ ਉਹਨਾਂ ਨੂੰ ਹੁਣ ਜਿਵੇਂ ਸਰਕਾਰਾਂ ਕੁਛ ਹੋਰ ਸਮਾਰਟਫੋਨ ਦੇਣ ਦੀਆਂ ਤਿਆਰੀਆਂ ਚਲਾ ਰਹੇ ਨੇ, ਹੁਣ ਇਹੀ ਕਿਸਾਨਾਂ ਦਾ ਵੀ ਹਾਲ ਹੈ। ਕਿਸਾਨਾਂ ਦੇ ਨਾਲ ਕਹਿਤਾ ਵੀ ਤੁਹਾਡਾ ਕਰਜ਼ਾ ਮਾਫ਼ ਕਰ ਦਾਂਗੇ, ਲੇਕਿਨ ਜਦੋਂ ਕੁਰਸੀ 'ਤੇ ਆ ਕੇ ਬੈਠੇ ਸਾਰਾ ਹਿਸਾਬ ਕਿਤਾਬ ਲਗਾਇਆ ਤਾਂ ਫਿਰ ਪਤਾ ਲੱਗਾ ਰਹੇ ਖਜ਼ਾਨਾ 'ਤੇ ਖਾਲੀ ਹੈ, ਇੰਨਾ ਲੰਬਾ ਚੌੜਾ ਵਾਅਦਾ ਕਿੱਦਾਂ ਪੂਰਾ ਕਰਾਂਗੇ, ਹੁਣ ਉਹ ਕਿਸ਼ਤਾਂ 'ਚ ਪੂਰਾ ਹੋ ਰਿਹਾ। ਸਾਡੇ ਹੋਰ ਦਰਸ਼ਕ ਗੱਲ ਕਰਨਾ ਚਾਹ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਹਾਂਜੀ ਜਸਪਾਲ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ, ਕਿੱਦਾਂ? ਠੀਕ ਹੋ? ਬਹੁਤ ਵਧੀਆ, ਥੈਂਕ ਯੂ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ ਪੰਜਾਬ ਕਿਸਾਨਾਂ ਦੇ ਬਾਰੇ? ਕਿਸਾਨਾਂ ਦੀ ਮਤਲਬ ਬਹੁਤ ਤਰਸਯੋਗ ਹਾਲਤ ਹੈਗੀ ਆ ਜੀ, ਜਿਹੜਾ ਇਸ ਦਾ
ਹੱਲ ਬੜਾ ਮੁਸ਼ਕਲ ਆ ਮਿਲਣਾ, ਕਿਉਂਕਿ ਜਿਹੜੀਆਂ ਸਰਕਾਰਾਂ ਹੈਗੀਆਂ ਨਾ ਦੇ ਆਰ ਅਨਕੈਪੇਬਲ, ਮੈਂ ਸਮਝਦਾ ਹੈਗਾ ਡੂਇੰਗ ਐਨੀਥਿੰਗ, ਉਹ ਝੂਠੇ ਵਾਲੇ ਕਰੀ ਜਾਂਦੇ ਆ। ਔਰ ਜਿਹੜੇ ਕਿਸਾਨ ਵੀ ਬੇਚਾਰੇ ਕੀ ਕਰਨ, ਜਿਸ ਵੇਲੇ ਵੋਟਾਂ ਆਉਂਦੀਆਂ ਸਮ ਬੋਡੀ ਦੇ ਹੈਵ ਟੂ ਬਿਲੀਵ ਸਮ ਆਫ ਦੀ ਅਦਰ ਪਰਸਨ, ਕੋਈ ਪਾਰਟੀ ਆ ਇੱਕ ਦੋ ਤਿੰਨ ਆ ਜਾਂਦੀਆਂ, ਤੇ ਉਹਨਾਂ ਨੂੰ ਤੂੰ ਯਕੀਨ ਤਾਂ ਕਰਨਾ ਹੀ ਪੈਂਦਾ ਉਹਨਾਂ ਨੂੰ, ਕੀ ਕਰਨ ਉਹ ਤੇ ਹੋਰ ਚਾਰਾ ਨਹੀਂ ਹੈਗਾ। ਬਾਕੀ ਐਟਲੀਸਟ ਮੈਂ ਇਹ ਸੋਚਦਾ ਕਿ ਜੇ ਉਹਨਾਂ ਨੂੰ ਮੁਆਵਜ਼ਾ ਨਹੀਂ ਦੇ ਸਕਦੇ, ਕੁਛ ਹੋਰ ਉਹਨਾਂ ਨੂੰ ਨਾ ਕਨਸੈਸ਼ਨ ਦੇ ਸਕਦੇ ਆ, ਮਿਸਾਲ ਦੇ ਤੌਰ ਤੇ ਜਿਹੜਾ ਉਹਨਾਂ ਦਾ ਇੰਟਰਸਟ ਹੈਗਾ ਆ, ਜਿਹੜਾ ਵਿਆਜ ਹੈਗਾ ਉਹਨਾਂ ਦਾ ਕਰਜ਼ੇ ਆ, ਕਮ ਸੇ ਕਮ ਉਹਨੂੰ ਸਬਸਿਡਾਈਜ਼ ਕਰ ਦੇਣ, ਉਹਨਾਂ ਨੂੰ ਹੈਲਪ ਦੇਣ। ਇੰਸ਼ੋਰੈਂਸ ਹੈਗੀ ਆ ਉਹ ਕੰਪਲਸਰੀ ਕਰ ਦੇਣ, ਉਹਦਾ ਸਬਸਿਡਾਈਜ਼ ਇੰਸ਼ੋਰੈਂਸ ਜਿਹੜੀ ਆ ਉਹ ਗੌਰਮੈਂਟ ਉਸਦਾ ਪ੍ਰੀਮੀਅਮ ਦੇਵੇ ਜੀ। ਉਸ ਤੋਂ ਬਾਅਦ ਫਿਰ ਜਿਹੜੀ ਫਸਲਾਂ ਹੈਗੀਆਂ ਆ, ਜੇ ਪ੍ਰਾਈਵੇਟ ਬਾਇਰ ਜਿਹੜੇ ਆ ਉਹ ਪੂਰਾ ਉਹਨੂੰ ਪੈਸੇ ਨਹੀਂ ਮਿਲਦੇ, ਗੌਰਮੈਂਟ ਸ਼ੁੱਡ ਉਹਦੀ ਪ੍ਰਾਈਸ ਜਿਹੜੀ ਆ ਨਾ ਦੇ ਸ਼ੁੱਡ ਬਾਈ ਦੈਮ ਸੈਲਫ ਜੀ, ਬਜਾਏ ਕਿ ਜਿਹੜੇ ਪ੍ਰਾਈਵੇਟ ਬਾਇਰ ਆ ਉਹ ਪ੍ਰੋਫਿਟ ਵਾਸਤੇ ਬਾਈ ਕਰ ਲੈਂਦੇ ਆ, ਥੋੜੀ ਕੀਮਤਾਂ ਤੇ ਫਿਰ ਅੱਗੇ ਭੇਜਦੇ ਆ। ਗੌਰਮੈਂਟ ਸ਼ੁੱਡ ਕਮ ਇਨ, ਦੇ ਸ਼ੁੱਡ ਬਾਈ ਦੈਮ ਸੈਲਫ ਜੇ ਅਗਰ ਉਹਨੂੰ ਪੂਰੀ ਉਹਨਾਂ ਨੂੰ ਪ੍ਰਾਈਸ ਨਹੀਂ ਮਿਲਦੀ। ਬਟ ਸਵਾਲ ਹੈ ਉੱਠਦਾ ਸਵਾਲ ਜੀ ਕਿ ਦੇ ਸ਼ੁੱਡ ਬਟ ਹੂ ਇਜ਼ ਡੂਇੰਗ ਇਟ, ਇਹ ਹੋ ਤੇ ਨਹੀਂ ਰਿਹਾ ਨਾ, ਹਰ ਵਾਰੀ ਅਸੀਂ ਇੰਨੇ ਸਾਲਾਂ ਤੋਂ ਉਹੀ ਚੀਜ਼ ਦੇਖਦੇ ਹਾਂ, ਹਰ ਸਾਲ ਰਿਪੀਟ ਹੁੰਦੀ ਹੈ। ਹਾਂਜੀ, ਉਹਦੀ ਵਜ੍ਹਾ ਇੱਕ ਹੋਰ ਵੀ ਹੈਗੀ ਆ ਜੀ, ਜਿਹੜਾ ਕਿਸਾਨਾਂ ਦਾ ਮਸਲਾ ਇਟਸ ਨੋਟ ਰੀਜਨਲ, ਇਹ ਅਸੀਂ ਇੱਕ ਸਟੇਟ ਦਾ ਨਹੀਂ ਹੈਗਾ, ਹਰ ਸੂਬੇ ਦਾ ਹਾਲ ਹੈ, ਹੋਰ ਇੰਡੀਆ ਹੈਗਾ ਆ ਜੀ, ਹੈ ਜੀ, ਆਲ ਓਵਰ ਇੰਡੀਆ। ਦੂਸਰੇ ਇਹਦੇ ਵਿੱਚ ਇੱਕ ਹੋਰ ਵੱਡਾ ਫੈਕਟਰ ਇਹ ਹੈਗਾ ਕਿ ਜਿਸ ਸਟੇਟ ਦੇ ਵਿੱਚ ਮੋਦੀ ਦੀ ਜਾਂ ਉਹਨਾਂ ਦੀ ਸੈਂਟਰਲ ਗੌਰਮੈਂਟ ਨਹੀਂ ਹੈਗੀ ਜੀ, ਦੇ ਆਰ ਵੈਰੀ ਰਿਲਕਟੈਂਟ ਟੂ ਗਿਵ ਐਨੀ ਸਪੋਰਟ ਟੂ ਦੈਟ ਸਟੇਟ ਜੀ। ਪੰਜਾਬ ਦੇ ਵਿੱਚ ਦੇਖ ਲਓ ਤੁਸੀਂ, ਜਿਹੜਾ ਕੈਪਟਨ ਵੀ ਹੈਗਾ ਹੁਣ ਉਹ, ਆਈ ਡੋਂਟ ਥਿੰਕ ਜਿਸ ਤਰ੍ਹਾਂ ਓਪੋਜੀਸ਼ਨ ਵਾਲੇ ਦੂਸਰੇ ਨੂੰ ਸਾਥੀ ਠੋਕ ਕੇ ਕਹਿ ਦਿੰਦੇ ਆ ਨਾ ਕਿ ਜੇ ਉਹਦੇ ਉਹਨੂੰ ਗੱਲਾਂ ਕਹਿ ਦਿੰਦੇ ਆ, ਬਟ ਦੇ ਦੇਅਰ ਨੋਟ ਟੂ ਡੂ ਦੈਟ, ਟੂ ਨੋਟ ਟੂ ਡਿਸ ਓਬੇ, ਔਰ ਉਹਨਾਂ ਨੂੰ ਮੋਦੀ ਨੂੰ ਨਾਰਾਜ਼ ਕਰਨ ਦੀ ਖਾਤਰ ਨਾ, ਦੇ ਕਾਂਟ ਡੇਅਰ ਟੂ, ਉਹਨਾਂ ਕੋਲੋਂ ਪੁੱਛ ਸਕਦੇ ਆ, ਉਹਨਾਂ ਨੂੰ ਕੁਐਸਚਨ ਕਰ ਸਕਦੇ ਆ ਕਿ ਸਾਨੂੰ ਹੈਲਪ ਦਿਓ। ਠੀਕ ਹੈ ਜੀ, ਤੁਹਾਨੂੰ ਲੱਗਦਾ ਸੈਂਟਰ ਦੇ ਸਹਿਯੋਗ ਦੇ ਨਾਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹੈ? ਯਾ, ਸੈਂਟਰ ਦਾ, ਹੁਣ ਸੈਂਟਰ ਦਾ ਸਹਿਯੋਗ ਕਰਨ ਵਾਸਤੇ ਈਵਨ ਦੋ ਇਟ ਇਸ ਕਾਂਗਰਸ ਜਿਹੜੀ ਆ, ਬਟ ਦੇ ਹੈਵ ਟੂ ਗੋ, ਦੇ ਹੈਵ ਟੂ ਡੂ ਲੋ ਪ੍ਰੋਫਾਈਲ। ਠੀਕ ਹੈ ਜੀ, ਠੀਕ ਹੈ ਜੀ, ਸਵਾਲ ਜੀ ਤੁਹਾਡੀ, ਥੈਂਕ ਯੂ ਜੀ। ਇਹ ਸਾਡੇ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਜਿਹੜੀ ਸਰਕਾਰਾਂ ਨੇ ਉਹ ਕੇਂਦਰ ਸਰਕਾਰ ਤੋਂ ਮਦਦ ਲੈਣ, ਕੇਂਦਰ ਸਰਕਾਰ ਤੋਂ ਇਸ ਚੀਜ਼ ਵਾਸਤੇ ਮਦਦ ਲਈ ਜਾ ਸਕਦੀ ਹੈ, ਲੇਕਿਨ ਜੋ ਅਸੀਂ ਪ੍ਰੋਟੈਸਟ ਦੇਖਿਆ ਜੋ ਦਿੱਲੀ ਔਰ ਯੂਪੀ ਬਾਰਡਰ 'ਤੇ ਹੋਇਆ, ਉਹ ਤਾਂ ਕੇਂਦਰ ਸਰਕਾਰ ਦੀਆਂ ਨੀਤੀਆਂ, ਕੇਂਦਰ ਸਰਕਾਰ ਦੇ ਅਧੂਰੇ ਵਾਅਦਿਆਂ ਦੇ ਖਿਲਾਫ ਸੀਗੀ। ਜਿਹੜੀ ਮੋਦੀ ਸਰਕਾਰ ਆਪਣੇ ਹੀ ਵਾਅਦੇ ਪੂਰੇ ਨਹੀਂ ਕਰ ਪਾ ਰਹੀ, ਉਹ ਸੂਬਿਆਂ ਨੂੰ ਸਪੋਰਟ ਕਿੱਥੇ ਕਰੇਗੀ? ਔਰ ਜਿੱਥੋਂ ਤੱਕ ਤੁਸੀਂ ਇੰਡੀਅਨ ਪੋਲੀਟੀਕਲ ਸਿਸਟਮ ਨੂੰ ਸਮਝਦੇ ਹੋ, ਜਾਣਦੇ ਹੋ, ਕਿਉਂਕਿ ਜੋ ਸਪੋਰਟ ਅੱਜ ਹਰਿਆਣਾ ਐਕਸਪੈਕਟ ਕਰ ਸਕਦਾ ਮੋਦੀ ਸਰਕਾਰ ਤੋਂ, ਕਾਂਗਰਸ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਨਹੀਂ ਕਰ ਸਕਦੀ, ਕਿਉਂਕਿ ਇੱਕ ਕੰਬੀਨੇਸ਼ਨ ਹੋਣਾ ਬੜਾ ਜ਼ਰੂਰੀ ਹੈ ਕਿ ਸਟੇਟ ਗੌਰਮੈਂਟ 'ਚ ਕਿਹਦੀ ਸਰਕਾਰ ਹੈ ਔਰ ਸਟੇਟ ਦੇ ਵਿੱਚ ਔਰ ਕੇਂਦਰ ਵਿੱਚ ਕਿਹਦੀ ਸਰਕਾਰ ਹੈ। ਹਮੇਸ਼ਾ ਇਹ ਵਿਤਕਰਾ ਇੰਡੀਅਨ ਪੋਲੀਟਿਕਸ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਬਾਰੇ ਇਹ ਵਿਚਾਰ, ਇਹ ਚਰਚਾ ਅਸੀਂ ਜਾਰੀ ਰੱਖਾਂਗੇ, ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਬਾਰੇ, ਕਿਸਾਨ ਜਿਹੜੇ ਪੰਜਾਬ ਦੇ ਨੇ ਉਹ ਕਿਸ ਤਰ੍ਹਾਂ ਬੇਸਬਰੀ ਦੇ ਨਾਲ ਉਸ ਮੌਕੇ ਦਾ ਇੰਤਜ਼ਾਰ ਕਰ ਰਹੇ ਨੇ ਕਿ ਜਦੋਂ ਪੰਜਾਬ ਦੀ ਸਰਕਾਰ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕਰੇਗੀ, ਕਿਉਂਕਿ ਜਿੱਦਾਂ ਪੰਜਾਬ ਕਾਂਗਰਸ ਨੇ ਇਲੈਕਸ਼ਨ ਵਾਲੇ ਦੌਰਾਨ ਵਾਅਦਾ ਕੀਤਾ ਸੀਗਾ। ਦੂਜੀਆਂ ਥੋੜ੍ਹੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ, ਕੱਲ੍ਹ ਦਿੱਲੀ ਉੱਤਰ ਪ੍ਰਦੇਸ਼ ਬਾਰਡਰ 'ਤੇ ਜਿਹੜੇ ਕਿਸਾਨ ਕ੍ਰਾਂਤੀ ਯਾਤਰਾ ਹਰਿਦੁਆਰ ਤੋਂ ਚੱਲ ਰਹੀ ਸੀ, ਦਿੱਲੀ ਐਂਟਰ ਕਰਨਾ ਚਾਹ ਰਹੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਕਿੱਦਾਂ ਲਾਠੀਚਾਰਜ ਕੀਤਾ, ਪੁਲਿਸ ਨੇ ਕਿੱਦਾਂ ਉਹਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ। ਸਵਾਲ ਅਸੀਂ ਇਹੀ ਵਾਰ-ਵਾਰ ਕਹਿ ਰਹੇ ਹਾਂ ਕਿ ਕਿਸਾਨ ਜਿਹੜੇ ਹੈਗੇ ਨੇ, ਕਿਆ ਉਹ ਸਿਰਫ ਇੱਕ ਵੋਟ ਬੈਂਕ ਨੇ? ਕਿਸਾਨਾਂ ਨੂੰ ਕਿਆ ਸਿਰਫ ਚੋਣਾਂ ਦੇ ਦੌਰਾਨ ਹੀ ਬਰਗਲਾਇਆ ਜਾਂਦਾ ਹੈ, ਉਹਨਾਂ ਨੂੰ ਬਹਿਕਾਇਆ ਜਾਂਦਾ ਹੈ ਸਿਰਫ
सिर्फ उन्हां दीआं वोटां लैण वास्ते और उस तो बाद फिर किसान बारे गल कोई करदा नहीं। बड़े ही इमप्रैक्टिकल जे उन्हां नाल वादे कीते जांदे ने कि तुहाडा करजे माफ़ कर देंगे, तुहानूं सबसिडी दे देंगे। सबसिडीज़ के एलोकेशन दे विच, सबसिडी देन दे विच भी तुहानूं पता है किस तरह दीआं हेराफेरियां हुंदीआं ने। पंजाब दे विच भी बिजली दी भी सबसिडी दित्ती जांदी है और हाई कोर्ट दे विच भी इह मैटर चला गया कि जिहड़ी पंजाब दी बिजली दी सबसिडी है उह कई ऐसे वड्डे किसान ने जिहड़े अफोर्ड कर सकदे ने, लेकिन वह भी सबसिडी उसनों इंजॉय कर रहे हैं, सबसिडी लै रहे हैं। लेकिन सवाल है उठता है कि सरकार दी जिहड़ियां स्कीमां ने उन्हां दा फायदा किसानों तक क्यों नहीं पहुँचता और किसानों दी जिहड़ियां मंगां ने वो जायज़ ने कि नजायज़ ने। किसान की चाहते हैं, वह बीज मंगते हैं, किसान कहते हैं कि साड़ी फसलों की सानू चंगी तरह कीमत दिती जाए, जे साड़ियां फसलां मौसम की मार दे नाल खराब हो गई तो सानू मुआवजा दिता जाए। लेकिन जो एक सरकारी सिस्टम है, एक सरकारी तंत्र है, वो भी तुम जानते हो जो फसल कोई खराब हो जाए वो गिरदावरी होंगी है, मुआवजा होंगे और किसानों मुआवजे का चैक किन्ने का मिलता है? 50 रुपए का, 40 रुपए का, 30 रुपए का, क्योंकि वह कहें जी साडा कैलकुलेशन का हिसाब किताब भी है। किसान जिहड़ा मैनूं लगता हर मौके पर हर स्टैप पर ठगिया जाता है। सरकार नूं सियासी पार्टियां सियासतदान जिहड़े हुंदे ने ठगदे ने, उन्हां तों वोटां लै लैंदे ने। उन्हां नाल मैं जिद्दां बार बार कह रहा कि इमप्रैक्टिकल वादे किए जाते हैं जिहड़े बाद विच पूरे नहीं किए जाते। होर साडे व्यूअर्स शेयर करना चाहते गल अपनी। हैलो, हैलो शर्मा जी। हाँ जी, सत श्री अकाल जी। सत श्री अकाल जी, मैं हरभजन सिंह बोलदा। हाँ जी हरभजन जी, की हाल है जी? सत श्री अकाल। थैंक यू। हाँ जी, की कहना चाहोगे जी किसानों बारे? किसानों बारे देखो, जिस वेले इस वेले बहुत ज्यादा उन्होंने फसलों का नुकसान होया जी, हले जी, तो गवर्नमेंट का फर्ज बनता कि उन्होंने कंपनसेशन दिता जाए। हले देख ले जी, जो भी उन्होंने खर्चा आया जो भी है, गवर्नमेंट का फर्ज बनता कि उन्होंने कंपनसेट किया जाए, क्योंकि उन्होंने अगर उन्होंने को यही चीज़ पर निर्भर होंगे। ठीक ने, ये नैचुरल डिजास्टर है जिनकी हेल्प होनी चाहिए, आई एग्री विद यू। ठीक ने जी, पर जिहड़े कर्जे अपने उन्हें खर्चे वास्ते लैवे आ, ब्याह शादियों लए आ, न्याणे बाहर भेजने वास्ते लए आ, ये उन्हां दी जिम्मेवारी आ, ना कि स्टेट की जिम्मेवारी आ जी। हले ये सानू ना इस सर्कल चो बाहर निकलना पेगा, समझ गए ना? ये इन्हां मुल्कां जी असीं कर्जे लैने आ, अगर असीं पे नहीं करते तो साडे घर कुरक हो जाते आ जी। अगर तुसीं कार ते जाके ना कोई चीज लैके आउने आ, ओह ते पे नहीं करदे, कहिंदे मुफ्त ही शायद चक लियाउने आ, ओह चौं भी कम्म चों जाके पे नहीं ना करदे, तां ओह तुहानूं उद्दों भी डबल तों डबल लैके आउंदे, तुसीं कुछ कर नहीं सकदे, तुहानूं बिल पे करने पैणे आ। इस मुल्क च लोकी कमिट सुसाइड कमिट करदे आ, जिहड़े कई दफा ओह कर्जे नहीं वापस दे सकदे, यू नो जी। हाँ ठीक है, कोई नैचुरल डिजास्टर आया, बिल्कुल मैं सहमत हाँ कि उन्होंने हर तरह पूरी तरह हेल्प करनी चाहिए आ, उन्होंने कंपनसेट करना चाहिए ता कि जो लॉस होया वो उन्होंने मिलना चाहिए, क्योंकि गवर्नमेंट होर भी तो कर्जे करती है ना। ठीक है जी। दूसरी गल, भोगल साहब कह रहे थे कि भी 200 साल हो गया। पहली गल तो यह कि मैं भोगल साहब बिल्कुल क्रिटिसाइज नहीं कर रहा, वो बड़े बड़े सुलझे हुए इंसान ने। वो कई दफा वह कहें कि जिस पंथ को बिलोंग करते हैं तो कई दफा उस पंथ को वह खरिया खरिया भी सुना देते हैं, ये भी उन्होंने सिफत है। हाँ जी, गल कर रहे कि पावर कंबीनेशन होना बड़ा जरूरी है। अगर सेंटर में सरकार जो तुम देख रहे हो, जो टसल केजरीवाल की और नरेंद्र मोदी की चल रही है, वही कैप्टन की सरकार की और मोदी की चलेगी, क्योंकि तुहाडा एक पावर कंबीनेशन होना बड़ा जरूरी है। जिद्दां क्योंकि अगर 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 मतलब जी ना जे पंजाब दे विच कांग्रेस कामयाब हो जाती है चंगी तरह, तो मोदी फिर गया, ये भी नाल गल है। हां जी, क्योंकि फिर लोगों को एग्जाम्पल मिलती है कि जो उत्थे कांग्रेस का राज है, उत्थे जो पंजाब में हालत अच्छी है, जो सिस्टम ठीक है, अगर यह चीज़ा एस्टैबलिश हो गई तो फिर मोदी भी जाएगा, इस कोई शक नहीं हैगी। हजे पर मोदी इन्हें पर कांग्रेस की सरकार को डिसक्रेडिट करने वास्ते सेंटर की गवर्नमेंट ने हर कोशिश करनी है। हाँ जी, ये बहुत केयरफुल रहने की गल है।
ਕਿਹਨਾਂ ਸ਼ਰਮਾ ਜੀ ਇਹਨਾਂ ਮੁਲਕਾਂ 'ਚ ਵੀ ਹੁੰਦਾ ਹੈਗਾ, ਸਮਝ ਗਈ ਨਾ? ਇੱਥੇ ਵੀ ਕਈ ਐਸੇ ਇਲਾਕੇ ਆ ਉਹ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਇਲਾਕਿਆਂ 'ਚ ਆਉਂਦੇ ਆ, ਉਹ ਕਈ ਦਫ਼ਾ ਉਹ ਜੇ ਨਹੀਂ ਵੀ ਉਹਨਾਂ ਦੀ ਬੋਲਣਾ ਹੁੰਦਾ ਤਾਂ ਵੀ ਉਹਨਾਂ ਦੀ ਸਪੋਰਟ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਤੋਂ ਵੋਟਾਂ ਲੈਣੀਆਂ ਹੈਗੀਆਂ। ਹਾਂਜੀ, ਇਹ ਜਿਹੜਾ ਇਹ ਸਿਸਟਮ ਹੈ ਅਤੇ ਹਰ ਮੁਲਕ ਵੀ ਹੈ, ਇੱਥੇ ਵੀ ਆ, ਸਾਡੇ ਬੰਬੇ 'ਚ ਵੀ ਆ, ਸਾਡੇ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਗਲਤ ਹੈਗਾ। ਸੋ ਇਹ ਕਰਕੇ ਯਾਨੀ ਮੇਰਾ ਕਹਿਣ ਦਾ ਮਤਲਬ ਹੈ ਸ਼ਰਮਾ ਜੀ, ਇਸ ਵੇਲੇ ਮੈਂ ਇਹ ਕਹਾਂਗਾ ਕਿ ਅਗਰ ਜੇ ਪੰਜਾਬ, ਮੈਂ ਅੱਗੇ ਵੀ ਹਰ ਵੀ ਕਹਿੰਦਾ ਹੁਣ ਵੀ ਕਹਿੰਦਾ ਕਿ ਪੰਜਾਬ ਦੇ ਲੋਕਾਂ ਨੂੰ ਯੂਨੋ ਆਪਣੇ ਵਿੱਚ ਇੱਕ ਐਸਾ ਗੁਣ ਪੈਦਾ ਕਰਨਾ ਪਊਗਾ ਕਿ ਜਿਹਦੇ ਨਾਲ ਅਸੀਂ ਬੈਠ ਕੇ ਆਪਣੇ ਮਸਲੇ ਹੱਲ ਕਰ ਸਕੀਏ, ਇੱਕ ਦੂਸਰੇ ਨਾਲ ਡਿਸਕਸ ਕਰ ਸਕੀਏ, ਇੱਕ ਦੂਸਰੇ ਨਾਲ ਰੀਜ਼ਨ ਕਰ ਸਕੀਏ, ਐਂਡ ਵੀ ਲਰਨ ਟੂ ਲਿਵ ਟੁਗੈਦਰ ਐਂਡ ਵਰਕ ਟੁਗੈਦਰ। ਜੇ ਅਸੀਂ ਇਹ ਕੁਆਲਿਟੀ ਪੈਦਾ ਨਹੀਂ ਕਰਦੇ ਤੇ ਰੱਬ ਜਾਣੇ ਇਸ ਪੰਜਾਬ ਦਾ ਕੀ ਹੋਏਗਾ, ਨੋਬਡੀ ਨੋਜ਼ ਇਟ। ਸਮਝ ਗਏ ਨਾ? ਠੀਕ ਹੈ ਜੀ। ਇਸ ਕਰਕੇ ਦੇਖੋ, ਉਹਨਾਂ ਨੇ ਕਿਹਾ ਕਿ ਮਤਲਬ 71 ਸਾਲ ਹੋ ਗਿਆ ਹਿੰਦੁਸਤਾਨ ਨੂੰ ਆਜ਼ਾਦ ਹੋਏ ਨੂੰ, ਇਸ ਮੁਲਕ ਦੇ ਵਿੱਚ ਸਾਨੂੰ 50 ਸਾਲ ਤੋਂ ਉੱਪਰ ਰਹਿੰਦਿਆਂ ਨੂੰ ਹੋ ਗਿਆ, ਅਸੀਂ ਕੀ ਕੀਤਾ? ਅਸੀਂ ਜਾਤ, ਕਿਹਨਾਂ ਗੋਗਲ ਸਾਹਿਬ ਨੇ ਖੁਦ ਕਿਹਾ ਹੈਗਾ ਕਿ ਮਤਲਬ ਅਸੀਂ ਜਾਤਾਂ ਦਾ ਫਿਰਕਾ ਉਦੋਂ ਵੀ ਜ਼ਿਆਦਾ ਵੱਧ ਗਿਆ, ਰਸਮ ਰਿਵਾਜ ਉਸੇ ਤਰੀਕੇ ਨਾਲ ਹੋ ਰਹੇ ਨੇ, ਅਸੀਂ ਕਿੰਨੇ ਬਦਲ ਗਏ ਹਾਂ? ਸਭ ਕੁਛ ਹੁੰਦਿਆਂ ਹੋਇਆਂ ਦੇਖ ਕੇ ਫਿਰ ਸਾਨੂੰ ਅਕਲ ਨਹੀਂ ਆ ਰਹੀ। ਅੰਗਰੇਜ਼ ਲੋਕ ਆ, ਠੀਕ ਹੈ, ਇੱਥੇ ਯੂਨੋ ਇਕਨੋਮਿਕ ਦਾ ਫਰਕ ਹੈਗਾ, ਠੀਕ ਹੈ, ਯੂਨੋ ਉਹ ਹੈਗਾ ਕਿ ਗਰੀਬੀ ਅਮੀਰੀ ਇਸ ਮੌਕੇ 'ਚ ਵੀ ਹੈਗੀ ਆ, ਪਰ ਇਹ ਥੋੜ੍ਹੀ ਆ ਕਿ ਤੇਰੇ ਤੂੰ ਫਲਾਨੀ ਜਾਤ ਦਾ, ਤੂੰ ਫਲਾਨੀ ਜਾਤ ਦਾ ਹੈਗਾ, ਤੇਰਾ ਮੇਰਾ ਕੋਈ ਮੇਲ ਨਹੀਂ ਹੈਗਾ, ਮੇਰੇ ਸ਼ਾਦੀਆਂ ਬੱਚਿਆਂ ਦੀਆਂ ਤੇਰੇ ਘਰ 'ਚ ਨਹੀਂ ਹੋ ਸਕਦੀਆਂ, ਇਹ ਥੋੜ੍ਹੀ ਨਾ ਮੁਲਕਾਂ 'ਚ ਹੈਗੀਆਂ। ਪਰ ਸਾਨੂੰ ਇਹ ਚੀਜ਼ਾਂ ਦੂਰ ਹੋ ਜਾਣੀਆਂ ਸੀਗੀਆਂ, ਪਰ ਜਿਹੜਾ ਮਾਇੰਡ ਸੈਟ ਅਸੀਂ ਲੈ ਕੇ ਆਏ ਸੀਗੇ ਅਸੀਂ ਉਹਨੂੰ ਬਦਲਿਆ ਨਹੀਂ ਗਾ, ਔਰ ਨਾ ਅਸੀਂ ਬਦਲਣਾ ਚਾਹੁੰਦੇ ਹਾਂ। ਸ਼ਰਮਾ ਜੀ, ਇੱਕ ਗੱਲ ਤੁਹਾਨੂੰ ਦੱਸਣਾ ਕਿ ਸਾਨੂੰ ਨਾ ਬੜਾ ਆਰਥਿਕ ਢਾਂਚੇ ਨੇ ਸਾਨੂੰ ਮਜ਼ਬੂਰ ਨਹੀਂ ਕੀਤਾ, ਸਾਨੂੰ ਜਿਹੜਾ ਸਾਡਾ ਸੋਸ਼ਲ ਸਟਰਕਚਰ ਆ ਉਹਨੇ ਸਾਨੂੰ ਮਜ਼ਬੂਰ ਕੀਤਾ ਆਪਣਾ ਮੁਲਕ ਛੱਡਣ ਵਾਸਤੇ, ਆਪਣੀ ਧਰਤੀ ਛੱਡਣ ਵਾਸਤੇ। ਅਗਰ ਅਸੀਂ ਉਹੀ ਸਿਸਟਮ ਬਾਹਰ ਆਣ ਕੇ ਐਸਟੈਬਲਿਸ਼ ਕਰਨਾ ਤੇ ਰੱਬ ਜਾਣੇ ਅਸੀਂ ਇੱਥੋਂ ਕਿੱਥੇ ਜਾਣਾ, ਮੈਨੂੰ ਇਹਦਾ ਕੁਛ ਨਹੀਂ ਪਤਾ। ਥੈਂਕ ਯੂ ਵੈਰੀ ਮੱਚ। ਠੀਕ ਹੈ ਜੀ, ਥੈਂਕ ਯੂ। ਤੁਸੀਂ ਬਹੁਤ ਅੱਛਾ ਬੋਲੇ, ਬਹੁਤ ਫਿਕਰਮੰਦ ਦਿਖਾਈ ਦਿੱਤੇ ਤੁਸੀਂ। ਪੰਜਾਬ ਜਿਹੜਾ ਸਿਆਸੀ ਸਿਸਟਮ ਹੈ, ਸਭ ਸਵਾਲ ਇਹ ਹੁੰਦਾ ਹੈ, ਇਹ ਸਿਆਸਤਦਾਨਾਂ ਦੀ ਸਿਆਸੀ ਸੋਚ ਹੈ, ਉਹ ਹੀ ਬੁਰੀਆਂ ਆਦਤਾਂ ਮੈਨੂੰ ਲੱਗਦਾ ਕਿ ਵੋਟਰਸ ਨੂੰ ਲਗਾਉਂਦੇ ਨੇ। ਉਹ ਹੀ ਕਹਿੰਦੇ ਨੇ ਕਿ ਤੁਹਾਨੂੰ ਜੋਬ ਦੇ ਵਿੱਚ ਰਿਜ਼ਰਵੇਸ਼ਨ ਦੇ ਦਾਂਗੇ, ਕਿਉਂਕਿ ਉਹਨਾਂ ਨੇ ਆਪਣੇ ਵੋਟ ਬੈਂਕ ਦਾ ਫਿਕਰ ਕਰਨਾ ਹੁੰਦਾ, ਦਲਿਤ ਵੋਟ ਬੈਂਕ, ਨੌਜਵਾਨ ਵੋਟ ਬੈਂਕ, ਮੁਸਲਿਮ ਵੋਟ ਬੈਂਕ। ਹੁਣ ਜਿੱਦਾਂ ਦੇ ਨਵੇਂ ਵੋਟ ਬੈਂਕ ਅਸੀਂ ਗੱਲ ਕਰਦੇ ਹਾਂ, ਸਮਾਰਟਫੋਨ ਵੋਟ ਬੈਂਕ ਔਰ ਲੈਪਟਾਪ ਵੋਟ ਬੈਂਕ, ਇਹ ਵੋਟ ਬੈਂਕਾਂ ਦੀ ਆਦਤ ਹੈ। ਕਿਸਾਨ ਭਾਵੇਂ ਕਦੀ ਨਾ ਮੰਗਦੇ ਹੋਣ ਕਿ ਸਾਡਾ ਪੂਰਾ ਕਰਜ਼ਾ ਮਾਫ਼ ਕਰੋ, ਇਹ ਆਦਤ ਵੀ ਸਿਆਸੀ ਪਾਰਟੀਆਂ ਨੇ ਲਗਾਈ। ਸਿਆਸੀ ਪਾਰਟੀਆਂ ਨੇ ਹੀ ਕਿਸਾਨਾਂ ਨੂੰ ਆਦਤ ਲਗਾਈ ਕਿ ਤੁਹਾਨੂੰ ਮੁਫਤ ਬਿਜਲੀ ਦੇ ਦਾਂਗੇ। ਜਦੋਂ ਫਿਰ ਇੱਕ ਪਾਰਟੀ ਕਰਦੀ ਹੈ, ਦੂਸਰੀ ਪਾਰਟੀ ਨਹੀਂ ਕਰਦੀ, ਤਾਂ ਫਿਰ ਉਹਨਾਂ ਨੂੰ ਵੀ ਇੱਕ ਆਦਤ ਪੈ ਜਾਂਦੀ ਹੈ, ਉਹਨਾਂ ਦੀਆਂ ਉਮੀਦਾਂ ਸਰਕਾਰ ਤੋਂ ਵੱਧ ਜਾਂਦੀਆਂ ਨੇ। ਸ਼ਾਇਦ ਮੈਨੂੰ ਲੱਗਦਾ ਇਸੇ ਚੀਜ਼ ਦੀ ਇਹੀ ਜੜ ਹੈ। ਇਸ ਚੀਜ਼ ਨੂੰ ਆਪਾਂ ਹੋਰ ਡਿਸਕਸ ਕਰਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਦੇ ਬਾਰੇ 'ਚ, ਪੰਜਾਬ ਦੇ ਔਰ ਹਿੰਦੁਸਤਾਨ ਦੇ ਕਿਸਾਨ ਕਿਸ ਤਰ੍ਹਾਂ ਇੱਕ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਹੋ ਰਹੇ ਨੇ, ਔਰ ਅੱਜ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂ ਸੜਕਾਂ 'ਤੇ ਉਤਰੇ ਹੋਏ ਨੇ। ਜੋ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੀ ਕਿ ਇੱਕ ਸਿਆਸੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਜਦੋਂ ਇੱਕ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀ 'ਚ ਜਾਂਦਾ ਹੈ ਤਾਂ ਉਹਦੀ ਜਦੋਂ ਫਸਲ ਖਰਾਬ ਹੋ ਜਾਂਦੀ ਹੈ, ਤਦ ਤੱਕ ਤਾਂ ਸਰਕਾਰ ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦੀ, ਕੋਈ ਤਰਪਾਲ ਦਾ ਇੰਤਜ਼ਾਮ ਨਹੀਂ, ਕੋਈ ਕਿਸੇ ਸਟੋਰੇਜ ਦਾ ਇੰਤਜ਼ਾਮ ਨਹੀਂ। ਲੇਕਿਨ ਜਦੋਂ ਉਹੀਓ ਕਿਸਾਨ ਆਪਣੀ ਫਸਲ ਬਰਬਾਦ ਹੋਣ ਤੋਂ ਬਾਅਦ ਟ੍ਰੇਨ ਦੇ ਥੱਲੇ ਜਾ ਕੇ ਖੁਦਕੁਸ਼ੀ ਕਰ ਲੈਂਦਾ, ਤਦ ਉਹਨੂੰ ਸਰਕਾਰ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੰਦੀ ਹੈ। ਇਹ ਸਾਡੀ ਜਿਹੜੀ ਸੂਬਿਆਂ ਦੀ ਸਿਆਸਤ ਹੈ, ਜਿਹੜੀ ਸਿਆਸਤ ਦਾ ਸਿਸਟਮ ਹੈ, ਉਹ ਇਹ ਹੈ ਕਿ ਜਦੋਂ ਕੁਛ ਹੋ ਜਾਏਗਾ ਤਦ ਮੁਆਵਜ਼ਾ ਦੇ ਦਾਂਗੇ, ਉਸ ਤੋਂ ਪਹਿਲਾਂ ਕੁਛ ਨਹੀਂ ਕਰਨਾ। ਜਿੱਦਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ, ਇੰਡੀਆ ਦੇ ਵਿੱਚ ਕਈ ਐਸੇ ਰੇਲਵੇ ਕਰੋਸਿੰਗਸ ਨੇ ਜਿਹੜੇ ਜਿਨ੍ਹਾਂ 'ਤੇ ਫਾਟਕ ਨਹੀਂ ਲੱਗੇ ਹੋਏ, ਤੁਸੀਂ ਪੜ੍ਹਦੇ ਰਹਿੰਦੇ ਹੋਗੇ ਅਖਬਾਰਾਂ 'ਚ, ਦੇਖਦੇ ਹੋਗੇ, ਕਈ ਸਾਰੇ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਨੇ। ਉਹ ਹਮੇਸ਼ਾ ਇਹ ਦੁਹਾਈ ਦਿੱਤੀ ਜਾਂਦੀ ਕਿ ਰੇਲ ਦਾ ਬਜਟ ਨਹੀਂ ਹੈ ਰੇਲਵੇ ਡਿਪਾਰਟਮੈਂਟ ਦੇ ਕੋਲ ਉਹ ਸਾਰੇ ਫਾਟਕ ਲਗਾਉਣ ਦਾ। ਉੱਥੇ ਜਦੋਂ ਕੋਈ ਬੱਸ ਜਾਏਗੀ, ਸਕੂਲ ਦੇ ਬੱਚਿਆਂ ਦੀ ਬੱਸ ਜਾਂਦੀ ਹੈ, ਔਰ ਉੱਥੇ ਸਪੋਜ਼ ਕਰੋ ਕੋਈ ਖੁਦਾ ਨਾ ਕਰੇ ਕੋਈ ਹਾਦਸਾ ਹੋ ਜਾਏ, ਔਰ ਉੱਥੇ ਜਦੋਂ ਸਪੋਜ਼ ਕਰੋ 12 ਜਾਂ 15 ਬੰਦੇ ਮਰ ਜਾਣ, ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ 15 ਬੰਦਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤਾਂ ਦੇ ਦੇਗੀ, ਲੇਕਿਨ ਉਹ ਥੋੜ੍ਹੇ ਜਿਹੇ ਘੱਟ ਪੈਸੇ ਲਾ ਕੇ ਉੱਥੇ ਫਾਟਕ ਨਹੀਂ ਲਗਵਾਏਗੀ। ਇਹ ਛੋਟਾ ਜਿਹਾ ਤੁਸੀਂ ਸਰਕਾਰੀ ਸੋਚ ਦੇਖ ਸਕਦੇ ਹੋ ਕਿ ਸਾਡਾ ਸਰਕਾਰੀ ਸਿਸਟਮ ਕੰਮ ਕਿਸ ਤਰ੍ਹਾਂ ਕਰਦਾ। ਜਦੋਂ ਕੋਈ ਹਾਦਸਾ ਹੋ ਜਾਏਗਾ ਉਹਦਾ ਮੁਆਵਜ਼ਾ ਦੇ ਦਾਂਗੇ, ਲੇਕਿਨ ਉਹ ਪੈਸਾ ਲਗਾ ਕੇ ਉੱਥੇ ਰੇਲਵੇ ਦਾ ਫਾਟਕ ਕਰਕੇ ਉਦੋਂ ਉਹਨੂੰ ਪੂਰਾ ਉਹਨੂੰ ਸੁਰੱਖਿਆ ਨਹੀਂ ਕਰ ਸਕਦੇ। ਇਹ ਹੁੰਦਾ ਕਿ ਇਨਸਾਨੀ ਜਾਨ ਦੀ ਕੀਮਤ ਸਰਕਾਰਾਂ ਕੀ ਲਗਾਉਂਦੀਆਂ ਨੇ, ਸਾਡੇ ਸਿਆਸਤ
ਸਿਆਸਤਦਾਨਾਂ ਦੇ ਵਿੱਚ ਜਿਹੜਾ ਦਿਮਾਗ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹਦੇ ਵਿੱਚ ਇਨਸਾਨੀ ਜਾਨ ਦੀ ਕੀ ਕੀਮਤ ਹੁੰਦੀ ਹੈ। ਜਦੋਂ ਕਿਸਾਨ ਜਿੰਦਾ ਹੈ ਲੇਕਿਨ ਆਪਣੀ ਪ੍ਰੋਬਲਮ ਨੂੰ ਫੇਸ ਕਰ ਰਿਹਾ ਤਦ ਤੱਕ ਤਾਂ ਸਰਕਾਰਾਂ ਉਹਦੇ ਕੋਲ ਨਹੀਂ ਜਾਂਦੀਆਂ, ਲੇਕਿਨ ਜਦੋਂ ਕੋਈ ਪੈਸਟੀਸਾਈਡ ਪੀ ਕੇ ਮਰ ਜਾਏਗਾ ਫਿਰ ਸਰਕਾਰਾਂ ਉਹਦੇ ਘਰ ਦੇ ਦਰਵਾਜ਼ੇ ਸਾਰੇ ਸਿਆਸਤਦਾਨ ਵੀ ਚਲੇ ਜਾਣਗੇ ਪਾਰਟੀਬਾਜ਼ੀ ਚਮਕਾਉਣ ਵਾਸਤੇ, ਆਪਣੀ ਸਿਆਸਤ ਚਮਕਾਉਣ ਵਾਸਤੇ, ਫਿਰ ਜਾ ਕੇ ਲੱਖ ਲੱਖ ਦੋ ਦੋ ਲੱਖ ਦੇ ਚੈੱਕ ਦੇ ਦੇਣਗੇ ਜੀ ਤੁਹਾਡਾ ਬੰਦਾ ਮਰ ਗਿਆ ਜੀ ਸਾਡੇ ਤੋਂ ਮੁਆਵਜ਼ਾ ਲੈ ਲਓ। ਕਿਸਾਨ ਅੱਜ ਆਪਣੇ ਲਈ ਆਪਣਾ ਇਨਸਾਫ ਮੰਗਦੇ ਨੇ, ਕਿਸਾਨ ਅੱਜ ਆਪਣੇ ਆਪ ਨੂੰ ਇਹ ਕਹਿੰਦੇ ਕਿ ਸਾਨੂੰ ਇੱਕ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਨਾ ਕਰੋ, ਜੋ ਤੁਸੀਂ ਸਾਡੇ ਨਾਲ ਸੱਚੇ ਝੂਠੇ ਵਾਅਦੇ ਕੀਤੇ ਉਹ ਪੂਰੇ ਤੇ ਕਰਕੇ ਵਿਖਾਓ, ਸਾਨੂੰ ਜੋ ਇੱਕ ਸਾਡੇ ਤੋਂ ਵੋਟਾਂ ਲਈਆਂ ਸਾਨੂੰ ਉਹ ਤੇ ਸਾਡਾ ਕੰਮ ਤੇ ਪੂਰਾ ਕਰ ਦਿਓ। ਉਹ ਅੱਜ ਸੜਕਾਂ ਉੱਤੇ ਇਹੀ ਮੰਗ ਕਰਦੇ ਪਏ ਨੇ, ਔਰ ਇਹ ਨਹੀਂ ਕਿ ਕਿਸੇ ਇੱਕ ਸੂਬੇ ਦੀ ਸਰਕਾਰ ਤੋਂ ਨਾਰਾਜ਼ ਨੇ, ਉਹ ਕੇਂਦਰ ਦੀ ਸਰਕਾਰ ਤੋਂ ਵੀ ਨਾਰਾਜ਼ ਨੇ। ਕੇਂਦਰ ਦੀ ਸਰਕਾਰ ਵੀ ਜਦੋਂ ਆਈ ਇਹਨਾਂ ਨੇ ਵੀ ਬੜੇ ਲੰਬੇ ਚੌੜੇ ਵਾਅਦੇ ਕੀਤੇ ਕਿ ਤੁਹਾਨੂੰ ਮੁਆਵਜ਼ਾ ਦੇ ਦਾਂਗੇ, ਤੁਹਾਡਾ ਕਿਸਾਨ ਕ੍ਰੈਡਿਟ ਕਾਰਡ ਦਾ ਇਹ ਕਰਾ ਦਾਂਗੇ, ਤੁਹਾਡਾ ਜਿਹੜੀ ਫਸਲਾਂ ਦੀ ਕੀਮਤ ਵਧਾ ਦਾਂਗੇ। ਉਸ ਤੋਂ ਬਾਅਦ ਜਿਹੜੇ 10 ਸਾਲ ਦੇ ਟਰੈਕਟਰ ਦੇ ਉੱਤੇ ਬੈਨ ਲੱਗ ਗਿਆ, ਇੱਕ ਹੋਰ ਨਵੀਂ ਮੰਗ ਕਰਦੇ ਪਏ ਨੇ ਜਿਹੜੇ ਸਾਰੇ ਕਿਸਾਨ ਨੇ, ਉਹ ਇਹੀ ਕਹਿੰਦੇ ਪਏ ਨੇ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਨੂੰ ਪੂਰੀਆਂ ਕਰੋ। ਸਾਡੇ ਜਿਹੜੇ ਉਹਨਾਂ ਨੂੰ ਅਗਰ ਤੁਸੀਂ ਲਾਠੀ ਚਾਰਜ ਕਰੋਗੇ, ਅਸੀਂ ਅੰਨਦਾਤਾ ਕਹਿੰਦੇ ਹਾਂ ਕਿਸਾਨ ਨੂੰ, ਅੰਨਦਾਤਾ ਜਦੋਂ ਸੜਕਾਂ ਉੱਤੇ ਆਉਂਦਾ ਹੈ, ਸੜਕਾਂ ਉੱਤੇ ਉਤਰਦਾ, ਵਿਦਰੋਹ ਕਰਦਾ, ਆਵਾਜ਼ ਉਠਾਉਂਦਾ, ਇਨਸਾਫ ਮੰਗਦਾ, ਉਸ ਤੋਂ ਬਾਅਦ ਉਹਨੂੰ ਅਸੀਂ ਕੀ ਕਰਦੇ ਹਾਂ, ਲਾਠੀ ਚਾਰਜ ਕਰਦੇ ਹਾਂ, ਅਥਰੂ ਗੈਸ ਦੇ ਗੋਲੇ ਛੱਡਦੇ ਹਾਂ। ਇਹ ਕਿਸਾਨ ਦੇ ਹਾਲ ਹੈ। ਹੈਲੋ, ਹੈਲੋ, ਨਮਸਕਾਰ ਸ਼ਰਮਾ ਜੀ, ਮੈਂ ਸੁਰਿੰਦਰ ਬੁਨੇਕਿੰਗ। ਜਿਹੜਾ ਮੁਆਵਜ਼ਾ ਹੈਗਾ ਕਿਸਾਨ ਜੋ 15 ਲੱਖ ਰੁਪਏ ਦੇ ਟਰੈਕਟਰ ਬੈਠ ਕੇ ਦਿੰਦਾ ਪ੍ਰੋਟੈਸਟ ਕਰਨ, ਉਹ ਗਰੀਬ ਤਾਂ ਨਹੀਂ ਹੋ ਸਕਦਾ? ਉਹਨੇ ਹਰਿਦੁਆਰ ਗੰਗਾ ਇਸ਼ਨਾਨ ਕਰਕੇ ਨਿਕਲੇ, ਹਰਿਦੁਆਰ ਤੋਂ ਚੱਲੇ ਆ, ਹੋਰ ਕਿਤੇ ਵੀ ਚੱਲ ਸਕਦੇ ਸੀ। ਤੁਹਾਨੂੰ ਇੱਦਾਂ 3-4 ਲੱਖ ਸਾਲ ਮਿਲਦਾ ਜੋ ਬਾਬਰੀ ਮਸਜਿਦ ਕਹਿੰਦੇ ਨਾ, ਉਹ ਜੋ ਭਾਈ ਸਾਹਿਬ ਸਿਰਫ ਇਸ ਮੁੱਦੇ ਦੀ ਗੱਲ ਕਰੋ। ਜੀ ਹਾਂਜੀ, ਦੱਸੋ। ਹਾਂਜੀ ਬਾਬਰੀ, ਤੁਸੀਂ ਹਮੇਸ਼ਾ ਭਾਈ ਸਾਹਿਬ ਸ਼ਿਕਾਇਤ ਹੈ ਤੁਹਾਡੇ ਨਾਲ ਕਿ ਤੁਸੀਂ ਹਮੇਸ਼ਾ ਬਾਹਰ ਦੇ ਮੁੱਦੇ ਦੀ ਗੱਲ ਕਰਦੇ ਹੋ। ਬਾਬਰੀ ਮਸਜਿਦ ਦਾ ਕਿਸਾਨਾਂ ਦਾ ਨਾਲ ਇਹਦੇ ਨਾਲ ਜੋੜਨਾ ਠੀਕ ਨਹੀਂ। ਅਸੀਂ ਗੱਲ ਕਰਨਾ ਚਾਹ ਰਹੇ ਕਿਸਾਨਾਂ ਦੇ ਬਾਰੇ, ਅਸੀਂ ਗੱਲ ਕੀਤੀ ਹੈ। ਕਿਸਾਨ ਜਿਹੜੇ ਨੇ ਅੱਜ ਸਰਕਾਰ ਤੋਂ ਇਨਸਾਫ ਮੰਗਦੇ ਪਏ ਆ, ਕਿਸਾਨ ਜਿਹੜੇ ਨੇ ਉਹ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੈ ਪੰਜਾਬ ਦੀ ਸਰਕਾਰ ਤੋਂ ਵੀ ਕਿ ਮੁਆਵਜ਼ਾ ਤਾਂ ਮਾਫ਼ ਕਰੋ। ਤੁਸੀਂ ਵੀ ਦੇਖਿਆ ਲੱਖਾਂ ਕਿਸਾਨ ਹਾਲੇ ਵੇਟ ਦੇ ਇੰਤਜ਼ਾਰ ਦੇ ਕਰ ਰਹੇ ਨੇ, ਉਹਨਾਂ ਦੀ ਵੇਟਿੰਗ ਲਿਸਟ ਹੈ, ਲੇਕਿਨ ਸਰਕਾਰ ਦਾ ਖਜ਼ਾਨਾ ਖਾਲੀ ਹੈ। ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਸਰਕਾਰਾਂ ਫਿਰ ਇਹੋ ਜਿਹੇ ਇਮਪ੍ਰੈਕਟੀਕਲ ਜਿਹੇ ਵਾਅਦੇ ਕਿਉਂ ਕਰਦੀਆਂ ਕਿਸਾਨਾਂ ਦੇ ਨਾਲ, ਕਿਸਾਨ ਅੱਜ ਆਪਣੇ ਲਈ ਇਨਸਾਫ ਮੰਗਦੇ ਨੇ। ਕਿਸਾਨ ਇਹ ਚਾਹੁੰਦੇ ਨੇ ਕਿ ਸਾਡੀ ਫਸਲਾਂ ਦੀ ਕੀਮਤ ਸਾਨੂੰ ਵਾਜਿਬ ਮਿਲੇ, ਜੋ ਉਹਨਾਂ ਦਾ ਜੋ ਕਰਜ਼ਾ ਹੈ ਉਸ ਨੂੰ ਸਰਕਾਰਾਂ ਕਿਸ ਤਰੀਕੇ ਨਾਲ ਡੀਲ ਕਰਨਗੀਆਂ। ਲੇਕਿਨ ਉਹਦੇ ਵਿੱਚ ਵੀ ਕੰਪਲੀਕੇਸ਼ਨਸ ਨੇ ਕਿ ਤੁਸੀਂ ਆੜ੍ਹਤੀ ਤੋਂ ਕਿੰਨਾ ਲਿਆ, ਪ੍ਰਾਈਵੇਟ ਬੈਂਕ ਤੋਂ ਕਿੰਨਾ ਲਿਆ, ਸਰਕਾਰੀ ਬੈਂਕ ਤੋਂ ਕਿੰਨਾ ਲਿਆ, ਇੱਕ ਪੂਰੀ ਕੰਪਲੀਕੇਟਡ ਲਿਸਟ ਹੈਗੀ ਹੈ, ਔਰ ਇਹਨਾਂ ਚੀਜ਼ਾਂ 'ਤੇ ਟਾਈਮ ਲੱਗਦਾ। ਜਦੋਂ ਅਸੀਂ ਵਾਰ ਵਾਰ ਕਹਿੰਦੇ ਹਾਂ, ਹੁਣ ਜਿਵੇਂ ਪੰਜਾਬ ਦੇ ਵਿੱਚ ਮੌਸਮ ਖਰਾਬ ਹੋਇਆ, ਥੋੜ੍ਹੇ ਦਿਨ ਪਹਿਲਾਂ ਬੜੀ ਬਾਰਿਸ਼ ਆਈ, ਝੋਨੇ ਦੀ ਫਸਲ ਕਾਫੀ ਹੱਦ ਤੱਕ ਖਰਾਬ ਹੋ ਗਈ, ਕਈ ਸਾਰੇ ਕਿਸਾਨਾਂ ਨੂੰ ਇਹਦੀ ਵਜ੍ਹਾ ਨਾਲ ਨੁਕਸਾਨ ਹੋਏਗਾ, ਔਰ ਹੋਇਆ ਵੀ ਹੈ। ਔਰ ਹੁਣ ਜਦੋਂ ਉਹ ਜੋ ਫਸਲ ਲੈ ਕੇ ਆਪਣੀ ਜਦੋਂ ਮੰਡੀਆਂ ਵਿੱਚ ਜਾਣਗੇ ਤਾਂ ਫਿਰ ਉਹਨਾਂ ਨੂੰ ਨਵੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਏਗਾ। ਕਿਸਾਨ ਜਿਹੜੇ ਨੇ, ਮੈਂ ਜਿਸ ਤਰ੍ਹਾਂ ਵਾਰ ਵਾਰ ਕਹਿ ਰਿਹਾ ਕਿ ਹਰ ਸਟੈਪ ਦੇ ਉੱਤੇ ਉਹਨਾਂ ਨੂੰ ਠੱਗਿਆ ਜਾਂਦਾ ਹੈ, ਹਰ ਸਟੈਪ ਦੇ ਉੱਤੇ ਉਹਨਾਂ ਦੇ ਨਾਲ ਨਾ ਇਨਸਾਫੀ ਹੁੰਦੀ ਹੈ, ਵਿਤਕਰਾ ਹੁੰਦਾ। ਅੱਜ ਅਸੀਂ ਕਿਸਾਨ ਦਾ ਜਿਹੜਾ ਇੱਕ ਵੱਡਾ ਸੈਗਮੈਂਟ ਹੈ, ਜਿੱਦਾਂ ਅਸੀਂ ਕਹਿੰਦੇ ਕਿ ਵੋਟ ਬੈਂਕ ਸਰਕਾਰਾਂ ਪਾਲ ਪੋਸ ਕੇ ਰੱਖਦੀਆਂ, ਵੀ ਇਹ ਦਲਿਤ ਵੋਟ ਬੈਂਕ ਹੈ, ਇਹ ਕਿਸਾਨ, ਇਹ ਦੂਜਾ ਮੁਸਲਿਮ ਵੋਟ ਬੈਂਕ ਹੈ, ਇਸ ਤਰ੍ਹਾਂ ਕਿਸਾਨਾਂ ਨੂੰ ਵੀ ਇੱਕ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ, ਲੇਕਿਨ ਕਦੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਜੋ ਤਸਵੀਰਾਂ ਤੁਸੀਂ ਦੇਖੀਆਂ ਉਹ ਇਹੀ ਨੇ ਕਿ ਜਿਹੜੇ ਕਿਸਾਨ ਜਿਹੜੇ ਸੀਗੇ, ਕਿਸਾਨ ਕ੍ਰਾਂਤੀ ਯਾਤਰਾ, ਜਿਹਦਾ ਭਾਈ ਸਾਹਿਬ ਇੱਕ ਸਵਾਲ ਪੁੱਛ ਰਹੇ ਸੀ ਕਿ ਹਰਿਦੁਆਰ ਤੋਂ ਕਿਉਂ ਚੱਲੇ, ਇਹ ਭਾਰਤੀ ਕਿਸਾਨ ਯੂਨੀਅਨ ਦਾ ਉੱਤਰ ਪ੍ਰਦੇਸ਼ ਦੀ ਯੂਨਿਟ ਸੀਗੀ ਜਿਹਦੇ ਵਿੱਚ ਪੰਜਾਬ ਦੇ ਵੀ ਕੁਝ ਕਿਸਾਨ ਸ਼ਾਮਿਲ ਸਨ। ਇਹ ਸਾਰੇ ਦੇ ਸਾਰਾ ਇੱਕ ਲੰਬਾ ਚੌੜਾ ਭੀੜ ਸੀ ਜਿਹੜੀ ਇਹ ਦਿੱਲੀ ਦੇ ਵੱਲ ਵੱਧ ਰਹੀ ਸੀ। ਦਿੱਲੀ ਜਾ ਕੇ ਇਹ 2 ਅਕਤੂਬਰ ਨੂੰ ਜਾ ਕੇ ਰਾਜਘਾਟ ਦੇ ਉੱਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ, ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਸੀਗੇ, ਲੇਕਿਨ ਇਹਨਾਂ ਦੀ ਕੋਈ ਸ਼ਾਂਤੀ ਭੰਗ ਨਾ ਹੋਏ ਇਸ ਕਰਕੇ ਇਹਨਾਂ ਨੂੰ ਦਿੱਲੀ ਦੇ ਬਾਰਡਰ 'ਤੇ ਰੋਕਿਆ ਗਿਆ, ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ਦੇ ਉੱਤੇ। ਔਰ ਉਸ ਤੋਂ ਬਾਅਦ ਤੁਸੀਂ ਦੇਖੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਔਰ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਆਪਸ 'ਚ ਮੁਕਾਬਲਾ ਹੋਇਆ, ਕਿਸ ਤਰ੍ਹਾਂ ਉਹਨਾਂ ਦੀ ਲੜਾਈ ਝਗੜਾ ਉਹਦੇ ਵਿੱਚ ਹੋਇਆ, ਤਸਵੀਰਾਂ ਤੁਸੀਂ ਦੇਖੀਆਂ। ਸਵਾਲ ਇਹ ਉੱਠਦਾ ਕਿ ਸਰਕਾਰਾਂ ਤੋਂ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕਰਨ ਦੀ ਮੰਗ ਕਰਦੇ ਨੇ। ਜਿੱਥੋਂ ਤੱਕ ਮੈਂ ਦੇਖਦਾ ਹਰ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ, ਉੱਤਰ ਪ੍ਰਦੇਸ਼ 'ਚ ਵੀ, ਪੰਜਾਬ 'ਚ ਵੀ, ਹਰਿਆਣਾ 'ਚ ਵੀ ਇਹ ਗੱਲ ਕਈ ਵਾਰੀ ਉੱਠੀ ਕਿ ਇਹ ਜੀ ਕਮਿਸ਼ਨ ਦੇ ਵਿੱਚ ਜਿਹੜੀ ਜਿਹੜੀ ਰਿਕਮੈਂਡੇਸ਼ਨਸ ਅਸੀਂ ਇਹਨੂੰ ਲਾਗੂ ਕਰਾਂਗੇ। ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ 'ਚ ਵੀ ਇਹੀ ਕਹਿ ਕੇ ਆਈ ਸੀ ਕਿ ਅਸੀਂ ਸਵਾਮੀਨਾਥਨ ਆਯੋਗ ਦੀ ਜਿਹੜੀ ਕਮਿਸ਼ਨ ਦੀ ਰਿਪੋਰਟ ਆ ਉਹਨੂੰ ਲਾਗੂ ਕਰਾਂਗੇ। ਕਿਸਾਨਾਂ ਨੇ ਮੰਗਿਆ ਆਪਣੇ ਲਈ ਬਿਜਲੀ, ਕਿਸਾਨਾਂ ਨੇ ਮੰਗਿਆ ਕਰਜ਼ ਮਾਫੀ, ਕਿਸਾਨਾਂ ਨੇ ਮੰਗਿਆ ਕਿ ਸਾਨੂੰ ਸਸਤੀ ਬੀਜ ਦਿੱਤੇ ਜਾਣ, ਸਾਨੂੰ ਜਿਹੜੇ ਪੈਸਟੀਸਾਈਡਸ ਨੇ ਉਹ ਦਿੱਤੇ ਜਾਣ ਜਦੋਂ ਅਸੀਂ ਫਸਲਾਂ ਮੰਡੀ 'ਚ ਲੈ ਕੇ ਜਾਈਏ। ਮੰਡੀ ਦੇ ਵਿੱਚ ਸਾਡੇ ਵਾਸਤੇ ਕੁਝ ਅਰੇਂਜਮੈਂਟ ਹੋਣਾ ਚਾਹੀਦਾ, ਕਿਸਾਨ ਨਾਲ ਹਰ ਸਟੈਪ ਦੇ ਉੱਤੇ
ਸਭਾ ਚੋਣਾਂ ਲੜਨੀਆਂ ਸੀ ਅਤੇ ਕਿਸਾਨ ਘੋਸ਼ਣਾ ਪੱਤਰ ਕਿਸਾਨ ਮੈਨੀਫੈਸਟੋ ਦੇ ਨਾਂ 'ਤੇ ਇੱਕ ਅਲੱਗ ਤੋਂ ਮੈਨੀਫੈਸਟੋ ਜਾਰੀ ਕੀਤਾ ਗਿਆ। ਜਦੋਂ ਇਹਨਾਂ ਨੇ ਮੋਗਾ 'ਚ ਵੀ ਮੈਨੂੰ ਯਾਦ ਹੈ ਕੇਜਰੀਵਾਲ ਨੇ ਇੱਕ ਰੈਲੀ ਕੀਤੀ ਸੀ ਤਾਂ ਉਹਨਾਂ ਨੇ ਵੱਡੇ ਲੰਬੇ ਚੌੜੇ ਵਾਅਦੇ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਸੀ ਕਿ ਜੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਬਣ ਗਈ ਤਾਂ ਅਸੀਂ ਇਹ ਕਰ ਦਾਂਗੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਨਹੀਂ ਕੀਤਾ, ਜੋ ਕਾਂਗਰਸ ਨੇ ਕਦੀ ਤੁਹਾਡੇ ਬਾਰੇ ਨਾ ਸੋਚਿਆ ਨਾ ਕੀਤਾ। ਅਤੇ ਇਹਨਾਂ ਲੰਬੇ ਚੌੜੇ ਵਾਅਦੇ ਕੇਜਰੀਵਾਲ ਨੇ ਵੀ ਕੀਤੇ, ਉਦੋਂ ਲੰਬੇ ਚੌੜੇ ਵਾਅਦੇ ਪੰਜਾਬ ਕਾਂਗਰਸ ਨੇ ਵੀ ਕੀਤੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੇ, ਕਿਉਂਕਿ ਜਿਹੜੇ ਸਾਰੇ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ, ਸਾਰੇ ਦੇ ਸਾਰੇ ਕਿਸਾਨਾਂ ਨੂੰ ਆਪਣੇ ਨਾਲ ਆਪਣੇ ਪੱਖ 'ਚ ਰੱਖਣਾ ਚਾਹੁੰਦੇ ਨੇ, ਲੇਕਿਨ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਸਾਰੇ ਵਾਅਦੇ ਜਿਹੜੇ ਹੁੰਦੇ ਨੇ ਉਹ ਸਾਈਡਲਾਈਨ ਕਰ ਦਿੱਤੇ ਜਾਂਦੇ ਨੇ, ਕਿਉਂਕਿ ਸਰਕਾਰਾਂ ਦੀ ਹੁਣ ਅੱਜ ਪ੍ਰਾਇਓਰਿਟੀ ਕੁਛ ਨਹੀਂ ਹੈ। ਅੱਜ ਪੰਜਾਬ ਸਰਕਾਰ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਹੁਣ ਸਰਕਾਰ ਦੇ ਤੁਸੀਂ ਦੇਖਿਆ ਹੋਣਾ ਕਿ ਇੰਨੀ ਬਾਰਿਸ਼ ਆਈ, ਇੰਨੀ ਫਸਲਾਂ ਖਰਾਬ ਹੋਈਆਂ, ਤੁਸੀਂ ਕਿਹੜੇ ਸਿਆਸਤਦਾਨ ਨੂੰ ਕਿਹੜੇ ਪਾਰਟੀ ਦੇ ਨੁਮਾਇੰਦੇ ਨੂੰ ਕਿਸੇ ਕਿਸਾਨ ਦੇ ਘਰ ਜਾ ਕੇ ਦੇਖਿਆ ਕਿ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਨੂੰ ਤਸੱਲੀ ਦਿੱਤੀ ਹੋਏ ਕਿ ਜੀ ਤੁਸੀਂ ਤੁਹਾਡੀਆਂ ਫਸਲਾਂ ਖਰਾਬ ਹੋ ਗਈਆਂ ਪਰ ਅਸੀਂ ਤੁਹਾਡੇ ਨਾਲ ਆ, ਕਿਉਂਕਿ ਹੁਣ ਜਿਹੜਾ ਅੱਗੋਂ ਮੁਆਵਜ਼ਾ ਹੋਏਗਾ ਗਿਰਦਾਵਰੀ ਹੋਏਗੀ ਉਹਦੇ ਲੈਵਲ 'ਤੇ ਵੀ ਪਟਵਾਰੀ ਤਹਿਸੀਲਦਾਰ ਜੋ ਡਿਸਾਈਡ ਕਰਨਗੇ ਉਹ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ। ਜਿਸ ਤਰ੍ਹਾਂ ਭਾਈ ਸਾਹਿਬ ਇਹ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏ, ਮੁਆਵਜ਼ਾ ਦੇਣ ਦਾ ਵੀ ਜਿਹੜੀ ਟੈਕਨੀਕ ਹੈ ਜੋ ਤਕਨੀਕ ਹੈ ਜੋ ਸਰਕਾਰੀ ਕੰਮਕਾਜ ਹੁੰਦਾ ਹੈ ਮੁਆਵਜ਼ਾ ਦੇਣ ਦਾ, ਉਹ ਆਪਣੇ ਆਪ 'ਚ ਵੀ ਬੜਾ ਕੰਪਲੀਕੇਟਡ ਹੈ, ਕਿਉਂਕਿ ਉਹਦੇ 'ਚ ਦੇਖਿਆ ਜਾਂਦਾ ਕਿ ਲੈਂਡ ਹੋਲਡਿੰਗ ਤੁਹਾਡੀ ਕਿੰਨੀ ਹੈ, ਤੁਹਾਡੀ ਜ਼ਮੀਨ ਕਿੰਨੀ ਹੈ, ਤੁਸੀਂ ਜ਼ਮੀਨ ਦੇ ਕਿੰਨੇ ਪਰਸੈਂਟੇਜ ਦੇ ਮਾਲਿਕ ਹੋ, ਔਰ ਉਹਦਾ ਨੁਕਸਾਨ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਜਿਹੜੇ ਸਾਡੇ ਲੈਂਡ ਰਿਕਾਰਡਸ ਨੇ, ਜ਼ਮੀਨਾਂ ਦੇ ਰਿਕਾਰਡਸ ਰੱਖਣ ਦਾ ਜਿਹੜਾ ਤਰੀਕਾ ਪੁਰਾਣਾ ਹੈ ਉਹਦੇ ਵਿੱਚ ਵੀ ਕਾਫੀ ਹੇਰਾਫੇਰੀ ਹੋਣ ਦੀ, ਕਾਫੀ ਗੜਬੜ ਹੋਣ ਦੀ ਖਬਰਾਂ ਆਉਂਦੀਆਂ ਨੇ। ਔਰ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੁੰਦੀ ਹੈ ਉਦੋਂ ਸਾਰਾ ਕੁਝ ਅਲਟੀਮੇਟਲੀ ਖਤਮ ਕਿੱਥੇ ਹੁੰਦਾ ਹੈ, ਤਹਿਸੀਲ ਪਟਵਾਰੀ ਦੇ ਉੱਤੇ, ਪਟਵਾਰੀ ਜੋ ਲਿਖ ਕੇ ਦੇਗਾ ਉਹੀ ਕੰਮ ਹੋਏਗਾ। ਔਰ ਇੱਕ ਇਹ ਵੀ ਮੁਆਵਜ਼ਾ ਦੇਣ ਵਾਸਤੇ ਹੁੰਦਾ ਕਿ ਹਰ ਬੰਦੇ ਦੀ ਇੱਕ ਇੰਡੀਵਿਜੁਅਲ ਜਾ ਕੇ ਗਿਰਦਾਵਰੀ ਕੀਤੀ ਜਾਏ ਕਿ ਕਿਸੇ ਦੇ ਖੇਤ ਵਿੱਚ ਕਿੰਨਾ ਨੁਕਸਾਨ ਹੋਇਆ, ਤੁਸੀਂ ਸਮਝ ਸਕਦੇ ਹੋ ਕਿ ਉਹ ਪ੍ਰੋਸੈਸ ਵੀ ਕਿੰਨਾ ਕੰਪਲੀਕੇਟਿਡ ਹੈ, ਕਿੰਨਾ ਲੰਬਾ ਹੈ। ਉਸ ਤੋਂ ਬਾਅਦ ਜਦੋਂ ਗਿਰਦਾਵਰੀ ਹੋਏਗੀ ਮੁਆਵਜ਼ਾ ਮਿਲੇਗਾ ਔਰ ਕਿਸਾਨਾਂ ਨੂੰ ਮਿਲਣਗੇ ਉਹੀ ਉਹ 50-50, 100-100 ਰੁਪਏ ਦੇ ਚੈੱਕ। ਔਰ ਅਗਰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਸਰਕਾਰੀ ਨੁਮਾਇੰਦਿਆਂ ਤੋਂ, ਸਰਕਾਰੀ ਅਫਸਰਾਂ ਤੋਂ ਔਰ ਇਹਨਾਂ ਸਿਆਸਤਦਾਨਾਂ ਤੋਂ ਵੀ ਤੁਸੀਂ 50-50, 40-40, 30-30 ਰੁਪਏ ਦੇ ਚੈੱਕ ਕਿਸਾਨਾਂ ਨੂੰ ਕਿਉਂ ਦਿੰਦੇ ਹੋ ਮੁਆਵਜ਼ੇ ਵਾਸਤੇ, ਤਾਂ ਉਹ ਦਿਖਾ ਦਿੰਦੇ ਨੇ ਕਿ ਸਾਡੇ ਇੱਥੇ ਸਿਸਟਮ ਹੀ ਐਵ ਹੈ, ਅਸੀਂ ਇਸੇ ਤਰ੍ਹਾਂ ਮੁਆਵਜ਼ੇ ਦੀ ਕਾਊਂਟਿੰਗ ਕਰ ਸਕਦੇ ਹਾਂ, ਅਸੀਂ ਜੋ ਦੇ ਰਹੇ ਹਾਂ ਉਹ ਜਾਇਜ਼ ਹੈ। ਤੁਹਾਨੂੰ ਯਾਦ ਹੋਏਗਾ ਅਗਰ ਹਰਿਆਣਾ ਦੇ ਵਿੱਚ ਵੀ ਕੁਝ ਕਪਾਸ ਦੀ ਜਿਹੜੀ ਫਸਲ ਹੁੰਦੀ ਕਪਾਹ ਦੀ, ਉਹਦੀ ਫਸਲ ਖਰਾਬ ਹੋ ਗਈ ਸੀ, ਉਹ ਮੈਨੂੰ ਯਾਦ ਹੈ ਸਰਕਾਰ ਨੇ ਉਹਨਾਂ ਨੂੰ 50-50, 100-100 ਰੁਪਏ ਦੇ ਚੈੱਕ ਦਿੱਤੇ ਸੀ ਹਰਿਆਣਾ ਦੇ ਵਿੱਚ, ਔਰ ਕਈ ਸਾਰੇ ਚੈੱਕ 'ਤੇ 50-50, 100-100 ਰੁਪਏ ਦੇ ਵੀ ਬਾਊਂਸ ਕਰ ਗਏ ਸੀਗੇ। ਅਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਕੋਝਾ ਮਜ਼ਾਕ ਕਰਦੀਆਂ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਨਾਲ ਹਰ ਸਟੈਪ ਦੇ ਉੱਤੇ ਇਹੀ ਉਹ ਚੀਜ਼ਾਂ ਹੁੰਦੀਆਂ। ਕਿਸਾਨ ਅੱਜ ਆਪਣੇ ਲਈ ਕੀ ਮੰਗਦੇ ਨੇ? ਕਿਸਾਨ ਇਹ ਕਹਿੰਦੇ ਕਿ ਅਸੀਂ ਅੰਨਦਾਤਾ, ਅਸੀਂ ਰੋਟੀ, ਅਸੀਂ ਕਣਕ ਉਗਾਉਂਦੇ ਹਾਂ, ਝੋਨਾ ਉਗਾਉਂਦੇ ਹਾਂ, ਅਸੀਂ ਸਾਰੀ ਫਸਲਾਂ ਉਗਾਉਂਦੇ ਹਾਂ, ਲੋਕਾਂ ਵਾਸਤੇ ਰੋਟੀ ਦਾ ਇੰਤਜ਼ਾਮ ਕਰਦੇ ਹਾਂ, ਲੇਕਿਨ ਇਹੀਓ ਕਿਸਾਨ ਨੇ ਜਿਹੜੇ ਉਹ ਕਿਸ ਤਰ੍ਹਾਂ ਬਰਬਾਦ ਹੁੰਦੇ ਨੇ, ਕਿਸ ਤਰ੍ਹਾਂ ਇਹਨਾਂ ਸਿਆਸਤਦਾਨਾਂ ਦੇ ਹੱਥਾਂ 'ਚ ਉਹਨਾਂ ਦੀ ਕਠਪੁਤਲੀ ਬਣਾਈ ਜਾਂਦੀ ਹੈ, ਕਿਸਾਨਾਂ ਨੂੰ ਕਿਸ ਤਰ੍ਹਾਂ ਇੱਕ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ, ਉਹ ਸਭ ਤੁਸੀਂ ਖੁਦ ਦੇਖਦੇ ਹੋ, ਖੁਦ ਸਮਝ ਸਕਦੇ ਹੋ। ਹੁਣ ਲੋਕਾਂ ਨੇ ਸਾਡੇ ਕਈ ਦਰਸ਼ਕਾਂ ਨੇ ਫੋਨ ਕਰਕੇ ਦੱਸਿਆ ਕਿ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਨੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ, ਇਹਨਾਂ ਨੂੰ ਜੇ ਅਗਰ ਉਹਨਾਂ ਨੇ ਕਰਜ਼ੇ ਆਪਣੇ ਪਰਸਨਲ ਖਰਚਿਆਂ ਵਾਸਤੇ ਲਏ ਤਾਂ ਚਲੋ ਉਹ ਨਾ ਪੂਰੇ ਕੀਤੇ ਜਾਣ, ਲੇਕਿਨ ਜਿਹੜਾ ਵੀ ਕਿਸਾਨ ਹੁੰਦਾ ਉਹ ਆਪਣੀ ਕੋਸਟ ਆਫ ਲਿਵਿੰਗ 'ਤੇ ਕੱਢੇਗਾ, ਜੋ ਉਹਦਾ ਫਸਲ ਬੋਨ ਦੇ ਵਿੱਚ ਕੋਈ ਖਰਚਾ ਹੋਇਆ, ਘੱਟ ਤੋਂ ਘੱਟ ਹਰ ਆਦਮੀ ਕੋਈ ਵੀ ਕੰਮ ਕਰਦਾ ਅਤੇ ਮੁਨਾਫੇ ਵਾਸਤੇ ਕਰਦਾ ਕਿ 4 ਪੈਸੇ ਬਚਣ ਅਤੇ ਘਰ ਆਉਣ ਅਤੇ ਰੋਟੀ ਚੱਲੇ, ਲੇਕਿਨ ਸਾਡੇ ਜਿਹੜੇ ਕਿਸਾਨ ਨੇ ਉਹ ਹਮੇਸ਼ਾ ਵਿਚਾਰੇ ਇਸੇ ਚੱਕਰਾਂ 'ਚ ਫਸ ਜਾਂਦੇ ਨੇ, ਕਦੀ ਨਕਲੀ ਬੀਜ, ਕਦੀ ਦੂਜਾ, ਕਦੀ ਬੈਂਕਾਂ ਦਾ ਕਰਜ਼ਾ। ਔਰ ਅਲਟੀਮੇਟਲੀ ਤੁਹਾਨੂੰ ਇੱਕ ਮੇਰੇ ਕੋਲ ਸਾਰੀ ਫੈਕਟਸ ਐਂਡ ਫਿਗਰਸ ਪਈਆਂ ਹੋਈਆਂ ਕਿ ਪੰਜਾਬ ਦੇ ਵਿੱਚ ਹੁਣ ਤੱਕ 16,000 ਤੋਂ ਜ਼ਿਆਦਾ ਜਿਹੜੇ ਕਿਸਾਨ ਨੇ ਉਹ ਸੁਸਾਈਡ ਕਰ ਚੁੱਕੇ ਆ। ਔਰ ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਕਿ ਕਿਸਾਨਾਂ ਦੀ ਸੁਸਾਈਡ ਦੇ ਕੀ ਵਜ੍ਹਾ ਰਹੀਆਂ ਔਰ ਉਸ ਦੇ ਉੱਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਅੱਜ ਤੱਕ ਸਿਆਸਤ ਹੋ ਰਹੀ ਹੈ, ਇਹ ਸਭ ਕੁਝ ਗੱਲ ਕਰਾਂਗੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਤੁਹਾਡਾ ਸਵਾਗਤ ਹੈ ਜੀ। ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੀ ਔਰ ਅਸੀਂ ਇੱਕ ਲੰਬਾ ਚੌੜਾ ਤੁਹਾਨੂੰ ਦਿਖਾਇਆ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੀ ਵਾਅਦੇ ਕੀਤੇ ਗਏ ਸੀ। ਔਰ ਜਿਹੜਾ ਕੱਲ੍ਹ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੰਡੀਆ ਤੋਂ ਜਿਹੜੀਆਂ ਆਈਆਂ ਨੇ ਉਹ ਇਹ ਹੈਗੀਆਂ ਕਿ ਦਿੱਲੀ ਔਰ ਯੂਪੀ ਦੇ ਬਾਰਡਰ 'ਤੇ ਜਿਹੜੇ ਕਿਸਾਨ ਦਿੱਲੀ 'ਚ ਜਾ ਕੇ ਪ੍ਰਦਰਸ਼ਨ ਕਰਨਾ ਚਾਹ ਰਹੇ ਸੀ, ਉੱਤਰ ਪ੍ਰਦੇਸ਼ ਤੋਂ ਆ ਕੇ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਹਜ਼ਾਰਾਂ ਕਿਸਾਨ ਸੀ, ਜਿਨ੍ਹਾਂ ਉੱਥੇ ਲਾਠੀ ਚਾਰਜ ਕੀਤਾ ਗਿਆ, ਥਰੂ ਗੈਸ ਦੇ ਗੋਲੇ ਛੱਡੇ ਗਏ। ਸਵਾਲ ਇਹ ਉੱਠਦਾ ਹੈ ਕਿ ਜਿਹੜਾ ਅਸੀਂ ਵਾਰ ਵਾਰ ਕਹਿੰਦੇ ਕਿ ਕਿਸਾਨ ਜਿਹੜੇ ਨੇ ਆਪਣਾ ਖੇਤ ਛੱਡ ਕੇ ਆਪਣੇ ਪਿੰਡ ਛੱਡ ਕੇ ਸੜਕਾਂ ਉੱਤੇ ਕਿਉਂ ਉਤਰਨ ਨੂੰ ਮਜਬੂਰ ਨੇ? ਕਿਉਂਕਿ ਸਰਕਾਰਾਂ ਨੇ ਉਹਨਾਂ ਨੇ ਲੰਬੇ ਚੌੜੇ ਵਾਅਦੇ ਉਹਨਾਂ ਨਾਲ ਕੀਤੇ ਸੀਗੇ ਔਰ ਸਰਕਾਰਾਂ ਨੇ ਉਹਨਾਂ ਨੂੰ ਇਹ ਕਿਹਾ ਸੀ ਇਹ ਕਰ ਦਾਂਗੇ ਉਹ ਕਰ ਦਾਂਗੇ, ਲੇਕਿਨ ਉਹਨਾਂ ਨੂੰ ਲੱਗਿਆ ਕਿ
ਖਰੀਦਦਾਰ ਵੀ ਆਉਂਦੇ ਨੇ ਆਪਣੇ ਖੱਤੇ ਖੇਤ ਵੇਚ ਵੇਚ ਕੇ ਬਾਹਰ ਜਾਂਦੇ ਨੇ ਤੇ ਜੇ ਹੁਣ ਸਾਡੀਆਂ ਸਰਕਾਰਾਂ ਇਹ ਇਹ ਡਿੰਗਾ ਮਾਰੀ ਜਾਣ ਕਿ ਇੱਥੇ ਵਿਕਾਸ ਹੋ ਰਿਹਾ ਵਿਕਾਸ ਹੋ ਰਿਹਾ ਵਿਕਾਸ ਹੋ ਰਿਹਾ ਇਹ ਮੇਕ ਇਨ ਇੰਡੀਆ ਮੇਕ ਇਨ ਇੰਡੀਆ ਹਾਲਾਂਕਿ ਹਰ ਚੀਜ਼ ਤੇ ਲਿਖਿਆ ਮੇਕ ਇਨ ਚਾਈਨਾ ਮੇਕ ਇਨ ਮੇਡ ਇਨ ਚਾਈਨਾ ਮੇਡ ਇਨ ਥਾਈਲੈਂਡ ਮੇਡ ਇਨ ਹੋਰ ਤੇ ਤੁਸੀਂ ਮੈਨੂੰ ਦੱਸੋ ਵੀ ਉੱਥੇ ਗੱਲ ਕਮਾ ਤੁਸੀਂ ਆਪਾਂ ਇੱਕ ਘੰਟਾ ਭਾਵੇਂ ਦੋ ਘੰਟੇ ਤੁਸੀਂ ਡਿਸਕਸ਼ਨ ਰੱਖ ਲਓ ਗੱਲ ਮੁੜ ਕਰਕੇ ਉੱਥੇ ਆਉਣੀ ਹੈ ਕਿ ਉੱਥੇ ਸੱਚ ਨਹੀਂ ਹੈ ਝੂਠ ਵਾ ਉੱਥੇ ਇਮਾਨਦਾਰੀ ਨਹੀਂ ਹੈ ਉੱਥੇ ਬੇਈਮਾਨੀ ਹੈ ਇਹਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਰੀਫਰੇਜ਼ ਕਰ ਲਓ ਕਿ ਸਿਸਟਮ ਨਹੀਂ ਚੰਗਾ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਬਿਊਰੋਕਰੇਸੀ ਨਹੀਂ ਚੰਗੀ ਸਰਕਾਰਾਂ ਨਹੀਂ ਚੰਗੀਆਂ ਜੋ ਮਰਜ਼ੀ ਕਰ ਲਓ ਲੇਕਿਨ ਓੜਕ ਨੂੰ ਗੱਲ ਇੱਥੇ ਆਉਣੀ ਕਿ ਉੱਥੇ ਸੱਚ ਨਹੀਂ ਹੈ ਝੂਠ ਜ਼ਿਆਦਾ ਆ ਉੱਥੇ ਇਮਾਨਦਾਰੀ ਬਹੁਤ ਘੱਟ ਵਾ ਬੇਈਮਾਨੀ ਜ਼ਿਆਦਾ ਘੁੱਟ ਘੁੱਟ ਕੇ ਭਰੀ ਪਈ ਆ ਅਤੇ ਤੁਸੀਂ ਹੁਣ ਜਿਹੜਾ ਕਹਿ ਰਹੇ ਹੋ ਕਿ ਜਿਹੜੇ ਲੋਕ ਉੱਥੋਂ ਆ ਰਹੇ ਨੇ ਬਾਹਰ ਦੇ ਮੁਲਕਾਂ ਵੱਲ ਜਾ ਰਹੇ ਨੇ ਅਤੇ ਹੁਣ ਅਸੀਂ ਕਈ ਸੁਣਿਆ ਕਿਸਾਨ ਵੀ ਆਪਣੀ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਕਿਸਾਨੀ ਉਹ ਮੰਨਦੇ ਨੇ ਕਿ ਕਿਸਾਨੀ ਜਿਹੜੀ ਲਾਹੇਵੰਦ ਨਹੀਂ ਰਹੀ ਹੁਣ ਉੱਥੇ ਨਾ ਬਿਲਕੁਲ ਨਹੀਂ ਰਹੀ ਨਾ ਮੈਂ ਤਾਂ ਕਿਹਾ ਬਾਕੀ ਦੇ ਲੋਕ ਵੀ ਤੇ ਸਣੇ ਕਿਸਾਨਾਂ ਦੇ ਉਹ ਖੱਤੇ ਵੇਚ ਕੇ ਖੇਤ ਵੇਚ ਕੇ ਜਾ ਰਹੇ ਤਿੰਨ ਗੁਣਾ ਜਿਹੜੀ ਗਿਣਤੀ ਆ ਅਮੈਰੀਕਾ ਨੂੰ ਜਾਣ ਦੀ ਬਾਕੀ ਮੁਲਕਾਂ ਦੀ ਛੱਡੋ ਤਿੰਨ ਗੁਣਾ ਵੱਧ ਗਈ ਆ ਇਕੱਲੇ ਅਮੈਰੀਕਾ ਵਾਸਤੇ ਹੀ ਹੁਣ ਤੁਸੀਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉੱਥੇ ਲੋਕ ਜਿਹਨੂੰ ਮਹਾਂਭਾਰਤ ਕਹਿੰਦੇ ਨੇ ਵੀ ਉਹ ਵਾਕਿਆ ਹੀ ਮਹਾਂਭਾਰਤ ਹੈਗਾ ਨਹੀਂ ਮੈਂ ਵੀ ਗੂਗਲ ਤੇ ਰਿਪੋਰਟ ਪੜ੍ਹੀ ਸੀ ਕਿ ਕਈ ਸਾਰੇ ਕਿਸਾਨ ਆਸਟ੍ਰੇਲੀਆ ਸ਼ਿਫਟ ਹੋ ਗਏ ਨੇ ਆਪਣੀ ਜ਼ਮੀਨਾਂ ਵੇਚ ਕੇ ਪੁੱਛੋ ਇਹਨਾਂ ਮੈਂ ਤਾਂ ਹੀ ਹੋ ਕਿ ਬਾਕੀ ਦੇ ਮੁਲਕ ਛੱਡੋ ਇੱਕ ਮੁਲਕ ਦੀ ਕੱਲ ਖਬਰ ਦੱਸੀ ਆ ਵੀ ਅਮਰੀਕਾ ਨੂੰ ਤਿੰਨ ਗੁਣਾ ਇਹਨਾਂ ਦੀ ਗਿਣਤੀ ਵੱਧ ਚੁੱਕੀ ਆ ਜਿਹੜੇ ਭਾਰਤ ਵਿੱਚ ਲੋਕ ਜਾ ਰਹੇ ਨੇ ਹੁਣ ਤੁਸੀਂ ਦੱਸੋ ਇਹ ਸਰਕਾਰਾਂ ਨੂੰ ਹੁਣ ਸੋਚਣਾ ਨਹੀਂ ਚਾਹੀਦਾ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਸ਼ਰਮਾ ਜੀ ਵੀ ਜੇ ਇਹ ਬਾਹਰਲੇ ਲੋਕ ਚਾਹੁੰਦੇ ਜਿਹੜੇ ਸਾਡੇ ਦੇ ਰਾਜ ਕਰਕੇ ਆਏ ਵੀ ਜੇ 100 ਸਾਲ ਹੋਰ ਰਾਜ ਕਰਨਾ ਚਾਹੁੰਦੇ ਤੇ ਕਰ ਸਕਦੇ ਸੀਗੇ ਕਿਉਂਕਿ ਸਾਡੀ ਸੋਚ ਹੀ ਇਸ ਤਰ੍ਹਾਂ ਦੀ ਆ ਸਾਡੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਆ ਠੀਕ ਹੈ ਜੀ ਹੈ ਨਾ ਜੀ ਮੈਂ ਇਹ ਮੇਰਾ ਜ਼ਰੂਰੀ ਨਹੀਂ ਕਿ ਮੇਰੇ ਨਾਲ ਕੋਈ ਸਹਿਮਤ ਹੋਵੇ ਮੈਂ ਤਾਂ ਜਿਹੜੀਆਂ ਖਬਰਾਂ ਪੜ੍ਹਦਾ ਉਹ ਤੁਹਾਨੂੰ ਦੱਸੀਆਂ ਨਹੀਂ ਠੀਕ ਹੈ ਤੁਹਾਡੀ ਗੱਲ ਹੈ ਤੁਹਾਡੀ ਗੱਲ ਜਾਇਜ਼ ਹੈ ਕਿ ਸਾਡੀ ਮਾਨਸਿਕਤਾ ਇੰਨੇ ਲੋ ਲੈਵਲ ਤੇ ਆ ਗਈ ਆ ਘਟੀਆ ਪੱਧਰ ਤੇ ਆ ਗਏ ਮੈਂ ਗੱਲ ਕਰਦੇ ਹਾਂ ਵੀ ਸ਼ਰਮ ਆਉਂਦੀ ਹੈ ਵੀ ਯਾਰ ਉਹ ਹੱਦ ਹੋ ਗਈ ਇੱਕ ਪਾਸੇ ਵਿਕਾਸ 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 ਦੂਸਰੇ ਪਾਸੇ ਭੁੱਖ ਮਰੀ ਤੇ ਦੁਨੀਆ ਉੱਥੇ ਮੁਲਕ ਛੱਡਣ ਨੂੰ ਫਿਰਦੇ ਨੇ ਮੁੰਡੇ ਜੇਬਾਂ 'ਚ ਪਾਸਪੋਰਟ ਪਾਈ ਫਿਰਦੇ ਨੇ ਸ਼ਰਮਾ ਜੀ ਕਿਹੜੀ ਕਿਹੜੀ ਮੈਂ ਤੁਹਾਨੂੰ ਇੱਕ ਜੇ ਤੁਸੀਂ ਮੈਨੂੰ ਦੋ ਥੋੜੀਆਂ ਸਕਿੰਟ ਦਿਓ ਮੈਂ ਗੱਲ ਦੱਸਣੀ ਮੈਂ ਦਿੱਲੀ ਉੱਤੇ ਹੋਟਲ ਤਿੰਨ ਦਿਨ ਮੈਂ ਬੁੱਕ ਕਰਾਇਆ ਸੀ ਕਿ ਬੱਚੇ ਨਾਲ ਸੀ ਉਹਨਾਂ ਨੂੰ ਫਰਾਉਣਾ ਤਰਾਉਣਾ ਸੀਗਾ ਇੱਥੇ ਦੇ ਬੱਚੇ ਜੰਮ ਪੜ੍ਹਨੇ ਮੇਰੇ ਪੋਤੇ ਪੋਤੀਆਂ ਤੇ ਮੈਂ ਉਹਨਾਂ ਨੂੰ ਘੁਮਾ ਕੇ ਲਿਆਵਾਂ ਤੁਸੀਂ ਯਕੀਨ ਕਰਿਓ ਮੈਂ ਜਦੋਂ ਇਹ ਗੱਲਾਂ ਸੁਣੀਆਂ ਤੇ ਮੈਂ ਸੱਚੀ ਹੈਰਾਨ ਨਹੀਂ ਹੋਇਆ ਮੈਨੂੰ ਉਹਨਾਂ ਦੇ ਤਰਸ ਆਇਆ ਵਿਚਾਰਿਆਂ ਤੇ ਮੈਂ ਉੱਪਰ ਸਿਖਰ ਜਾ ਕੇ ਬਹਿ ਗਿਆ ਤੇ ਬੱਚੇ ਬਾਹਰ ਘੁੰਮਣ ਫਿਰਨ ਚਲੇ ਗਏ ਤੇ ਮੈਨੂੰ ਕਹਿਣ ਸਰਦਾਰ ਜੀ ਮੈਂ ਕੋਕਾ ਕੋਲਾ ਪੀਏਂਗੇ ਕੋਈ ਕੁਛ ਕਹੇ ਕੋਈ ਉਹਨਾਂ ਦਾ ਮਤਲਬ ਇਹ ਸੀ ਘੁੰਮ ਘੁੰਮ ਵਿਚਾਰੇ ਆਉਂਦੇ ਸੀ ਮੈਂ ਟਿਪ ਦਿੰਦਾ ਸੀ ਚਲੋ ਮੈਂ ਇਹ ਸੋਚਿਆ ਵੀ ਚੱਲ ਹੋ ਯਾਰ ਆਪਾਂ ਇੱਧਰੋਂ ਸੋਚ ਲੈਂਦੇ ਵੀ ਚੱਲ ਪਾਉਣ ਦੇ 70-80 ਰੁਪਏ ਯਾਰ ਕੋਈ ਗੱਲ ਨਹੀਂ ਵਿਚਾਰਿਆਂ ਨੂੰ ਮੈਂ ਵੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਫਿਰ ਇੱਕ ਮੁੰਡੇ ਨੇ ਮੈਨੂੰ ਕਿਹਾ ਕਹਿੰਦਾ ਸਰਦਾਰ ਉਹ ਥੋੜ੍ਹੀ ਜਿਹੀ ਪੰਜਾਬੀ ਬੋਲਦਾ ਸੀ ਕਹਿੰਦਾ ਸਰਦਾਰ ਜੀ ਮੇਰੇ ਵਾਸਤੇ ਉੱਥੇ ਕੋਈ ਚਾਂਸ ਹੈਗਾ ਇੰਗਲੈਂਡ ਦੇ ਯੂਕੇ ਵਿੱਚ ਮੈਂ ਕਿਹਾ ਤੁਸੀਂ ਕੀ ਕਰਦੇ ਹੋ ਕਹਿੰਦਾ ਮੈਂ ਲਾਂਡਰੀ ਮੈਨੇਜਰ ਹਾਂ ਅੱਛਾ ਉਹਨੂੰ ਜਾ ਕੇ ਦੂਸਰੇ ਨਾਲ ਗੱਲ ਕੀਤੀ ਤੇ ਉਹ ਆ ਗਿਆ ਦਸਾਂ ਮਿੰਟਾਂ ਬਾਅਦ ਸਰਦਾਰ ਜੀ ਮੇਰੇ ਲਈ ਉੱਥੇ ਕੋਈ ਚਾਂਸ ਹੈਗਾ ਉਹ ਇੱਦਾਂ ਗੱਲਾਂ ਕਰਨ ਲੱਗਾ ਜਿੱਦਾਂ ਸਰਦਾਰ ਮੈਂ ਇੱਥੇ ਦੇਖੋ ਪ੍ਰਾਈਮ ਮਿਨਿਸਟਰ ਹੁੰਦਾ ਪਰ ਬਾਅਦ 'ਚ ਪਤਾ ਲੱਗਾ ਉਹਦਾ ਦੁੱਖ ਰੋਣ ਡਿਆ ਸੀ ਤੇ ਉਹ ਮੈਂ ਕਿਹਾ ਤੁਸੀਂ ਕੀ ਕਰਦੇ ਆ ਕਹਿੰਦਾ ਜੀ ਕਹਿੰਦਾ ਮੈਂ ਸਟਾਫ ਮੈਨੇਜਰ ਹਾਂ ਫਿਰ ਇੱਕ ਹੋਰ ਆ ਗਿਆ ਮੈਂ ਕਿਹਾ ਤੁਸੀਂ ਕਹਿੰਦਾ ਜੀ ਮੈਂ ਲਾਂਡਰੀ ਮੈਨੇਜਰ ਹਾਂ ਉਹ ਮੈਂ ਕਿਹਾ ਯਾਰ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਇੰਨੀਆਂ ਸੋਹਣੀਆਂ ਤੁਹਾਡੀਆਂ ਯੂਨੀਫਾਰਮ ਪਾਈ ਆ ਐਡੇ ਵੱਡੇ ਹੋਟਲ ਤੁਸੀਂ ਕੰਮ ਨੌਕਰੀ ਕਰਦੇ ਆ ਕਹਿੰਦਾ ਸਰਦਾਰ ਜੀ ਸਾਰੇ ਖੜ ਗਏ ਆ ਕੇ ਕਹਿੰਦਾ ਸਰਦਾਰ ਜੀ ਇਹ ਵਰਦੀ ਆ ਵਿੱਚ ਕੁਛ ਨਹੀਂ ਇਹਦੇ ਠੀਕ ਹੈ ਜੀ ਠੀਕ ਹੈ ਭਾਈ ਸਾਹਿਬ ਬਹੁਤ ਬਹੁਤ ਦੱਸੋ ਤੁਸੀਂ ਸਾਰੇ ਬਹੁਤ ਦੁਖੀ ਨੇ ਕੋਈ ਬੰਦਾ ਦੱਸੋ ਜਿਹੜਾ ਉੱਥੇ ਰਹਿਣ ਵਾਸਤੇ ਤਿਆਰ ਵਾ ਹਾਂ ਜਿਹੜੇ 10% ਜਿਹੜੇ ਅਮੀਰ ਲੋਕ ਨੇ 10-15% ਜਿਹੜੇ ਕਰੋੜਾਂਪਤੀ ਨੇ ਜਿਹਨਾਂ ਵਾਸਤੇ ਅੱਛੇ ਦਿਨ ਆ ਗਏ ਨੇ ਉਹ ਠੀਕ ਨੇ ਤੇ ਬਾਕੀ ਦੇ ਵਿਚਾਰੇ ਨੂੰ ਪੁੱਛਿਆ ਜਾਣੇ ਠੀਕ ਹੈ ਜੀ ਓਕੇ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਭਾਈ ਸਾਹਿਬ ਦੱਸ ਰਹੇ ਸੀਗੇ ਲੇਕਿਨ ਜਿਹੜੇ ਇਹ ਚੀਜ਼ ਹੈਗੇ ਸਾਡੇ ਜਿਹੜੇ ਸੈਗਮੈਂਟਸ ਨੇ ਅਸੀਂ ਜਿੱਦਾਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਉਹ ਨਾਰਾਜ਼ ਨੇ ਨਾਰਾਜ਼ ਪਤਾ ਕਿਉਂ ਨੇ ਸਰਕਾਰ ਦੀ ਸਿਆਸਤ ਜਿਹੜੀ ਨੀਤੀਆਂ ਹੁੰਦੀਆਂ ਨੇ ਸਰਕਾਰ ਜਿਹੜੇ ਸਿਆਸਤਦਾਨਾਂ ਦੇ ਝੂਠੇ ਵਾਅਦੇ ਹੁੰਦੇ ਨੇ ਉਸ ਕਰਕੇ ਲੋਕ ਪਰੇਸ਼ਾਨ ਨੇ ਪੋਜ਼ਿਟਿਵ ਮਾਹੌਲ ਅਜੇ ਵੀ ਬਣ ਸਕਦਾ ਲੋਕ ਉੱਥੇ ਜੁੜੇ ਰਹਿ ਸਕਦੇ ਨੇ ਲੋਕ ਉੱਥੇ ਅੱਛਾ ਕੰਮ ਕਰ ਸਕਦੇ ਲੇਕਿਨ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਜਿੱਦਾਂ ਅਸੀਂ ਵਾਰ ਵਾਰ ਗੱਲ ਕਰਦੇ ਕਿ ਸਿਰਫ ਆਪਣੇ ਸਿਆਸੀ ਲਾਹੇਬੰਦੀ ਦੇ ਲਈ ਉਹ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਦੇ ਨੇ ਤੇ ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਜੀ ਹਾਂਜੀ ਮੈਂ ਅੱਜ ਦੇ ਮੁੱਦੇ ਤੇ ਥੋੜੇ ਆਪਣੇ ਵਿਚਾਰ ਰੱਖਣੇ ਆਪਣਾ ਨਾਮ ਔਰ ਦੱਸ ਦਿਓ ਜੀ ਕਿੱਥੋਂ ਬੋਲ ਰਹੇ ਫੋਨ ਹਾਂਜੀ ਮੇਰਾ ਨਾਮ ਜਸਵੰਤ ਸਿੰਘ ਹੈ ਤੇ ਮੈਂ ਐਲਸਬਰੀ ਤੋਂ ਬੋਲ ਰਿਹਾ ਹਾਂਜੀ ਕੀ ਕਹਿਣਾ ਚਾਹੋਗੇ ਜੀ
ਪੰਜਾਬ ਦੀ ਜਿਹੜੀ ਨਿਊਜ਼ ਆਉਂਦੀ ਆ ਜੀ, ਫੜੇ ਤਾਂ ਬੜੇ ਆ, ਮੁਕਦਮੇ ਦਾ ਆਊਟ ਰਿਜ਼ਲਟ ਕੋਈ ਨਹੀਂ ਦੱਸਦਾ। ਨਹੀਂ ਉਹ ਮੁਕਦਮੇ ਆ ਤੇ ਜਿਹੜੇ ਕਿਸਾਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਨਸ਼ੇ ਦੀ ਨਹੀਂ। ਹਾਂਜੀ ਚਲੋ, ਉਹ ਵੈਸੇ ਕਾਫੀ ਲੰਬਾ ਚੌੜਾ ਜੇ ਤੁਸੀਂ ਐਨਾਲਾਈਜ਼ ਕਰੋਗੇ, ਇਹ ਇੱਕ ਰਕਮ ਦੀ ਸਕੀਮ ਪਲੋਟ ਕੀਤੀ ਗਈ ਸੀ ਨਸ਼ਿਆਂ ਦੇ ਨਾਲ ਕਿਵੇਂ ਕੰਟਰੋਲ ਕਰਨਾ ਪੰਜਾਬ ਨੂੰ। ਹੁਣ ਜਿਹੜੀ ਗੌਰਮੈਂਟ ਕਣਕ ਨਹੀਂ ਖਰੀਦਦੀ ਉਹਦੇ ਪਿੱਛੇ ਵੀ ਬੜੀ ਵੱਡੀ ਵਜ੍ਹਾ ਆ ਜੀ, ਤਾਂ ਕਿ ਜ਼ਮੀਨ ਵਾਲੇ ਜ਼ਮੀਨਾਂ ਵੇਚ ਜਾਣ। ਮੈਂ ਇਹਨੂੰ ਤੁਹਾਨੂੰ ਲਿੰਕ ਕਰਨਾ, ਪਿੱਛੇ ਜੇ ਯੂਪੀ ਦੇ ਅੰਦਰ ਹੋਇਆ ਨਾ ਕਿ ਸਲੋਟਰ ਹਾਊਸ ਬਣਾਉਣੇ ਚਾਹੀਦੇ ਆ ਜੀ, ਸਲੋਟਰ ਹਾਊਸ ਜਿਹੜੇ ਬੰਦੇ ਦਾ ਕਨੈਕਸ਼ਨ ਹੈ ਉਹ ਬਣਾਊਗੇ ਜੀ, ਉਹ ਫਿਰ ਇਹ ਜਿਹੜਾ ਬਿਜ਼ਨਸ ਕਿੰਨਾ ਦੇ ਹੱਥ ਆਊਗਾ ਸਾਰੇ ਸਮਝ ਆ ਰਿਹਾ, ਉਹਨਾਂ ਦੇ ਹੱਥ ਚਲ ਜਾਣਾ। ਫਿਰ ਪਿੱਛੇ ਜੇ ਇੱਕ ਹੋਰ ਮੁੱਦਾ ਚੱਕਿਆ ਸੀ ਕਿ ਜਿਹੜੇ ਆਪਣੇ ਬੰਦੇ ਨਾ ਸਿਲਵਰ ਦੇ ਪੱਤਰੇ ਜਿਹੜੇ ਬਰਫੀਆਂ ਦੇ ਲੱਗਦੇ ਆ ਜੀ, ਜਾਰੀ ਕੰਪਨੀ ਕਿਹੜੀ ਬਣਾ ਰਹੀ ਆ, ਉਹ ਵੀ ਇਹ ਚਾਹੁੰਦੇ ਆ ਕਿ ਇਹਨੂੰ ਰੈਗੂਲੇਟ ਕੀਤਾ ਜਾਵੇ, ਉਹ ਬਿਜ਼ਨਸ ਵੀ ਉਹਨਾਂ ਦੇ ਹੱਥ 'ਚ ਆਜੂਗਾ। ਬਾਕੀ ਸਾਰੇ ਸਮਝਦਾਰ ਆ ਤੁਸੀਂ ਜੀ ਜੀ, ਤੇ ਕਿਉਂਕਿ ਮੈਂ ਇਹ ਪੋਲੀਟਿਕਲੀ ਇਨਕਰੈਕਟ ਕਹਿ ਲਓ ਜਾਂ, ਕਿਉਂਕਿ ਮੈਂ ਇੱਥੇ ਬੈਠਾ ਜੇ ਬਿਆਨ ਦੇਵਾਂ ਠੀਕ ਹੈ ਸਹੀ ਨਹੀਂ ਆ, ਕਿਉਂਕਿ ਉਹ ਕਹਿੰਦੇ ਜਿਹੜੀ ਫੀਲਡ ਦੇ ਅੰਦਰ ਜੇ ਉਸ ਮੁੱਦੇ ਦਾ ਤੁਸੀਂ ਗੱਲ ਚੱਕਣੀ ਉੱਥੇ ਜਾ ਕੇ ਕਰਨੀ ਚਾਹੀਦੀ ਹੈ। ਅੱਛਾ ਇੱਕ ਗੱਲ ਦੱਸੋ, ਕਿਸਾਨ ਜਿਹੜੇ ਪੰਜਾਬ ਦੇ ਵੀ ਕਿਸਾਨ ਨੇ, ਤੁਸੀਂ ਪੰਜਾਬ ਦੇ ਨਾਲ ਜੁੜੇ ਹੋ, ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਕਿਆ ਸਿਰਫ ਇੱਕ ਵੋਟ ਬੈਂਕ ਹੁੰਦੇ ਨੇ ਸਿਆਸੀ ਪਾਰਟੀਆਂ ਵਾਸਤੇ ਵੀ ਉਹਨਾਂ ਨਾਲ ਵਾਅਦੇ ਕਰੋ ਔਰ ਬਾਅਦ 'ਚ ਛੱਡ ਦਿਓ? ਉਹ ਕਹਿਣੀ ਤੇ ਕਥਨੀ 'ਚ ਬੜਾ ਵੱਡਾ ਫਰਕ ਹੁੰਦਾ ਜੀ, ਠੀਕ ਹੈ ਨਾ, ਤੇ ਜਿਹੜਾ ਬੰਦਾ ਮੂੰਹ 'ਚੋਂ ਇੱਕ ਵਾਰੀ ਕੱਢ ਦੇ ਉਹ ਕਰਨਾ ਚਾਹੀਦਾ। ਦੂਸਰੀ ਗੱਲ, ਮੈਂ ਲੈਂਦਾ ਯੂਕੇ 'ਚ ਹਾਂ, ਲੇਕਿਨ ਮੈਂ ਆਈ ਬਿਲੋਂਗ ਟੂ ਚਾਈਨਾ ਐਜ਼ ਵੈਲ, ਤੇ ਮੈਂ ਪਿੱਛੋਂ ਹਾਂਗਕਾਂਗ ਤੋਂ। ਤੇ ਜੇ ਤੁਸੀਂ ਫਾਰ ਈਸਟ ਨੂੰ ਸਰਕਮਸਪੈਕਟ ਕਰੋਗੇ, ਸਿੰਗਾਪੁਰ ਅੱਜ ਚਾਈਨਾ ਕਿਉਂ ਸੁਪਰ ਪਾਵਰ ਬਣਿਆ, ਦੇ ਹੈਵ ਮਿਰਰਡ ਆਲ ਦੇਅਰ ਪੋਲਿਸੀ ਐਜ਼ ਪਰ ਟੂ ਹਾਂਗਕਾਂਗ। ਹਾਂਗਕਾਂਗ ਦਾ ਸਕਸੈਸ ਇਹ ਨਹੀਂ ਕਿ ਕਿਉਂਕਿ ਉਹ ਬ੍ਰਿਟਿਸ਼ ਦਾ ਸੀ, ਨਹੀਂ, ਉੱਥੇ ਜਿਹੜਾ ਇੱਕ ਗਵਰਨਰ ਲਾਸਟ ਜਿਹਨੇ ਕਰਪਸ਼ਨ ਨੂੰ ਖਤਮ ਕੀਤਾ, ਉਹ ਗਵਰਨਰ ਨੇ ਚਾਂਸਸ ਦਿੱਤਾ ਐਥਨਿਕ ਮਾਈਨੋਰਿਟੀ ਜਿਹੜੇ ਪੜ੍ਹੇ ਲਿਖੇ ਸੀ ਉਹਨਾਂ ਨੇ, ਉਹਨਾਂ ਨੂੰ ਵੀ ਕਮਿਸ਼ਨਰ ਬਣਾਇਆ, ਉਹਨਾਂ ਨੇ ਸਾਰਿਆਂ ਨੇ ਰਲ ਕੇ ਇਸ ਚੀਜ਼ ਇਸ ਜਗ੍ਹਾ ਨੂੰ ਸਕਸੈਸ ਬਣਾਇਆ, ਅਤੇ ਅੱਜ ਉਹਨਾਂ ਦੀ ਸਕਸੈਸ ਆ, ਉਹਨਾਂ ਨੇ ਆਪਣੀ ਸਾਰੀ ਪੋਲਿਸੀ ਮਿਲਡ ਕੀਤੀ ਹਾਂਗਕਾਂਗ 'ਤੇ ਜੀ ਜੀ। ਦੂਸਰੀ ਗੱਲ ਇਹ ਕਿ ਪੰਜਾਬ 'ਚ ਆ ਕਿਲਰ ਹੁੰਦੇ ਆ ਐਕਡੈਮਿਕ ਦੇ, ਉਹ ਸਿਰਫ ਆਡੀਓ ਪ੍ਰੋਬਲਮ ਆ ਰਹੀ ਹੈ ਭਾਈ ਸਾਹਿਬ ਦੇ ਕਾਲ 'ਚ, ਸਵਾਲ ਇਹ ਉੱਠਦਾ ਜਿਸ ਤਰ੍ਹਾਂ ਇਹਨਾਂ ਨੇ ਚਾਈਨਾ ਦਾ ਜ਼ਿਕਰ ਕੀਤਾ, ਲੇਕਿਨ ਪੰਜਾਬ ਜਿਹੜੀ ਚਾਈਨਾ ਦੀਆਂ ਅਸੀਂ ਕਹਿੰਦੇ ਐਗਰੀਕਲਚਰ ਪੋਲਿਸੀਜ਼ ਨੇ, ਉਹ ਦੇਖਿਆ ਜਾਏ ਕਿ ਉੱਥੇ ਵੀ ਕਾਫੀ ਪ੍ਰੋਡਕਸ਼ਨ ਹੈ ਐਗਰੀਕਲਚਰ ਦੀ, ਔਰ ਉਹਨਾਂ ਦਾ ਜਿਹੜਾ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਹ ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗਰੋ ਕਰ ਰਿਹਾ, ਇੱਕ ਡਿਸਿਪਲਿਨ ਦੀ ਵਜ੍ਹਾ ਨਾਲ, ਇੱਕ ਕਰਪਟ ਫਰੀ ਸੁਸਾਇਟੀ ਹੋਣ ਦੇ ਨਾਲ। ਕਰਪਸ਼ਨ ਉੱਥੇ ਵੀ ਹੁੰਦੀ ਹੋਏਗੀ ਚਾਈਨਾ ਦੇ ਵਿੱਚ, ਲੇਕਿਨ ਉੱਥੇ ਦਾ ਜਿਹੜਾ ਡਿਸਿਪਲਿਨ ਹੈ ਉੱਥੇ ਪੂਰੀਆਂ ਪੋਲਿਸੀਜ਼ ਨੂੰ ਬੜਾ ਸਟ੍ਰਿਕਟਲੀ ਲਾਗੂ ਕੀਤਾ ਜਾਂਦਾ, ਔਰ ਜਿੱਥੋਂ ਤੱਕ ਮੈਂ ਸਮਝਦਾ ਐਗਰੀਕਲਚਰ ਕਹਿ ਲਓ ਜਾਂ ਰੂਰਲ ਏਰੀਆਜ਼ ਜਿਹੜੇ ਹੁੰਦੇ ਨੇ ਉੱਥੇ ਉਹਨਾਂ ਨੂੰ ਕਾਫੀ ਤਵੱਜੋ ਦਿੱਤੀ ਜਾਂਦੀ ਹੈ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇੰਡੀਆ ਦੇ ਵਿੱਚ ਕਰਨ ਦੀ ਲੋੜ ਹੈ, ਸਿਆਸਤਦਾਨਾਂ ਨੂੰ ਕਰਨ ਦੀ ਲੋੜ ਹੈ, ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਏਜੰਡੇ ਦੇ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਸਾਡੀ ਜਿਹੜੀ ਸਿਆਸੀ ਪਾਰਟੀਆਂ ਨੇ ਹਰ ਚੀਜ਼ ਨੂੰ ਹਰ ਇੱਕ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਨਾ ਕਰਨ, ਇਸ ਇੱਕ ਉਹਨਾਂ ਨੂੰ ਸਲਾਹ ਦੇਣ ਦੀ ਲੋੜ ਹੈ, ਉਹਨਾਂ ਨੂੰ ਆਪਣੇ ਘੱਟ ਤੋਂ ਘੱਟ ਇੱਕ ਇਹ ਚੀਜ਼ ਦੇਖਣੀ ਚਾਹੀਦੀ ਹੈ। ਜਿਹੜੇ ਕਿਸਾਨ ਹੁੰਦੇ ਨੇ ਇੱਕ ਸੈਗਮੈਂਟ ਨੇ, ਉਹਨਾਂ ਨੂੰ ਸੁਸਾਈਡ ਕਰਨ 'ਤੇ ਮਜਬੂਰ ਨਾ ਕੀਤਾ ਜਾਏ, ਲੇਕਿਨ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਹਜ਼ਾਰਾਂ ਕਿਸਾਨ ਅੱਜ ਪੰਜਾਬ ਦੇ ਸੁਸਾਈਡ ਕਰ ਗਏ ਔਰ ਕਈ ਅਜੇ ਵੀ ਕਰਜ਼ੇ ਦੀ ਮਾਰ ਹੇਠ ਹੈਗੇ ਨੇ, ਔਰ ਉਹਨਾਂ ਨੂੰ ਜਿੱਦਾਂ ਕਿ ਸਰਕਾਰੀ ਵਾਅਦੇ ਕੀਤੇ ਗਏ ਨੇ ਉਹ ਕੋਈ ਨਾ ਕੋਈ ਰਸਤਾ ਲੱਭ ਰਹੇ ਨੇ ਕਿ ਉਹਨਾਂ ਨੂੰ ਰਿਲੀਫ ਕਿਸ ਤਰ੍ਹਾਂ ਮਿਲੇ। ਅਸੀਂ ਇਹ ਮੰਨਦੇ ਹਾਂ ਕਿ ਕਈ ਕਿਸਾਨਾਂ ਨੇ ਕਰਜ਼ੇ ਆਪਣੇ ਪਰਸਨਲ ਕੰਮਾਂ ਵਾਸਤੇ ਵੀ ਲਏ ਹੋਣੇ ਆ, ਉਹ ਸਾਰਾ ਇੱਕ ਬਾਇਫਰਗੇਟ ਕੀਤਾ ਜਾਏ। ਜਿਹੜੇ ਜੈਨੂਅਨ ਕਿਸਾਨ ਨੇ, ਜਿਹੜੇ ਜੈਨੂਅਨ ਸਫ਼ਰ ਕਰ ਰਹੇ ਨੇ, ਜਿਹੜੇ ਜਿਨ੍ਹਾਂ ਨੂੰ ਜੈਨੂਅਨ ਮਦਦ ਦੀ ਲੋੜ ਹੈ, ਘੱਟ ਤੋਂ ਘੱਟ ਸਰਕਾਰੀ ਜਿਹੜੀ ਮਦਦ ਹੈ ਉਹ ਉਹਨਾਂ ਤੱਕ ਪਹੁੰਚੇ, ਉਹਨਾਂ ਨੂੰ ਉਸ ਦੀ ਥੋੜ੍ਹਾ ਬਹੁਤ ਰਿਲੀਫ ਹੋਏ। ਇਹ ਨਹੀਂ ਹੈ ਕਿ ਜਿੱਦਾਂ ਅਸੀਂ ਕਿਸਾਨ ਸਬਸਿਡੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਪੰਜਾਬ ਦੇ ਕਈ ਵੱਡੇ ਜ਼ਿਮੀਦਾਰ ਐਸੇ ਨੇ ਜਿਹੜੇ ਕਿਸਾਨ ਸਬਸਿਡੀਆਂ ਇੰਜੋਏ ਕਰ ਰਹੇ ਨੇ, ਲੈ ਰਹੇ ਨੇ, ਔਰ ਮੈਨੂੰ ਯਾਦ ਹੈ ਥੋੜ੍ਹੇ ਦਿਨ ਪਹਿਲਾਂ ਕੈਪਟਨ ਰਮਿੰਦਰ ਸਿੰਘ ਨੇ ਉਹਨਾਂ ਨੂੰ ਸਿਰਫ ਇੱਕ ਅਪੀਲ ਕੀਤੀ ਸੀ ਕਿ ਜਿਹੜੇ ਵੱਡੇ ਜ਼ਿਮੀਦਾਰ ਨੇ ਸਬਸਿਡੀ ਲੈ ਰਹੇ ਨੇ, ਮੋਟਰਾਂ ਦੀਆਂ ਬਿਜਲੀ ਦੀਆਂ ਸਬਸਿਡੀ ਲੈ ਰਹੇ ਨੇ, ਉਹ ਛੱਡ ਦੇਣ, ਲੇਕਿਨ ਉਹਨਾਂ ਨੇ ਇਸ ਆਰਡਰ ਨੂੰ ਇੰਪੋਜ਼ ਨਹੀਂ ਕਰਾਇਆ। ਔਰ ਇਸੇ ਤਰੀਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਵੀ PIL ਲੱਗੀ ਹੈ, ਔਰ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਹ ਜਵਾਬ ਮੰਗਿਆ ਹੈ ਕਿ ਤੁਸੀਂ ਸਿਰਫ ਇੱਕ ਅਪੀਲ ਕਿਉਂ ਕੀਤੀ, ਤੁਸੀਂ ਇਹ ਹੁਕਮ ਲਾਗੂ ਕਿਉਂ ਨਹੀਂ ਕੀਤਾ। ਲੇਕਿਨ ਇਹ ਚੀਜ਼ ਦੱਸਦੀ ਹੈ ਕਿ ਸਾਡੇ ਜਿਹੜੀ ਸਿਆਸੀ ਪਾਰਟੀਆਂ ਨੇ ਕਿਸੇ ਵੀ ਚੀਜ਼ ਨੂੰ ਕਿਸ ਤਰ੍ਹਾਂ ਕਿੰਨਾ ਸੀਰੀਅਸ ਲੈਂਦੀਆਂ ਨੇ, ਅਤੇ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨੂੰ ਅੱਜ ਮਦਦ ਦੀ ਲੋੜ ਹੈ, ਪੂਰੇ ਮੁਲਕ ਦੇ ਕਿਸਾਨ ਨੂੰ ਅੱਜ ਮਦਦ ਦੀ ਲੋੜ ਹੈ, ਔਰ ਸਿਆਸੀ ਪਾਰਟੀਆਂ ਇਸ ਵਾਸਤੇ ਕੁਝ ਸੰਜੀਦਾ ਸੋਚ ਰੱਖਣ।
ਅੱਜ ਦਾ ਇਹ ਮੁੱਦਾ, ਅੱਜ ਦਾ ਇਹ ਵਿਚਾਰ ਸਾਡਾ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਇੱਕ ਨਵਾਂ ਮੁੱਦਾ ਲੈ ਕੇ, ਨਵਾਂ ਮਸਲਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।